ਕਈ ਬੰਦੇ ਜਦੋਂ ਮੈਨੂੰ ਇੰਸਟਾਗ੍ਰਾਮ ਤੇ ਦੇਖ ਲੈਂਦੇ ਨੇ ਹਨਾ, ਮੇਰੀਆਂ ਅਸਲੀ ਫੋਟੋਆਂ ਦੇਖ ਲੈਂਦੇ ਨੇ ਜਾਂ ਕੋਈ ਵੀਡੀਓ ਰੀਲਾਂ ਰੂਲਾਂ ਪਾਉਂਦੇ ਰਹਿੰਦੇ ਆ, ਉਹ ਹੈਰਾਨ ਹੋ ਜਾਂਦੇ ਨੇ, ਉਹ ਐਂ ਮੈਸੇਜ ਕਰ ਦਿੰਦੇ ਨੇ, ਕਹਿੰਦੇ ਭਰਾ ਵਾ, ਕਹਿੰਦੇ ਜਿੱਦਾਂ ਸਿਆਣ ਜੀ ਲਿਆਉਂਦਾ ਉਰੇ, ਇਹਦਾ ਐਂ ਲੱਗਦਾ ਹੁੰਦਾ ਵੀਡੀਓ ਜਿੱਦਾਂ ਵੀ ਸੱਚੀ ਓ ਚੱਕ ਕੇ ਕੋਈ ਬੰਦਾ ਨਰਾਲੇ ਬਾਬੇ ਦਾ ਭਗਤੀ ਬਿਠਾ ਦਾ। ਹਾਂ ਆ ਵੀ ਮੇਰੇ ਸਹੁਰੇ ਸਾਹਿਬ ਦੀ ਨੇ ਬਾਈ ਆ ਕੱਪੜੇ, ਅਮਰੂ ਵਾਲਾ ਵੀ। ਹਾਂ ਅੱਛਾ, ਹਾਂ ਤੇ ਉਹ ਕੁੜਤੇ ਪਜਾਮੇ ਪਾਉਂਦੇ ਨੇਗੇ। ਕੌਣ? ਮੇਰੇ ਸਹੁਰਾ ਸਾਹਿਬ। ਤੇ ਮੈਂ ਗਿਆ ਸੋਰੀ, ਮੈਂ ਕਿਹਾ ਵੀ ਕੁੜਤੇ ਪਜਾਮੇ ਥੋੜੇ ਦੇ ਦੋ ਮੈਨੂੰ, ਦੋ ਤਿੰਨ ਪੁਰਾਣੇ ਜਿਹੜੇ ਤੁਸੀਂ ਨਹੀਂ ਪਾਉਂਦੇ ਹਨਾ, ਸਾਰਿਆਂ ਨੂੰ ਕਹਿਤਾ। ਹਾਂ ਉਹ ਕਹਿੰਦੇ ਵੀ ਪੁਰਾਣੇ ਕਾਹਤੋਂ ਮੰਗੀ ਜਾਂਦਾ ਪੁਰਾਣਾ, ਮੇਰੀ ਵਾਈਫ ਨੂੰ ਕਹਿੰਦੇ ਵੀ ਆਪਾਂ ਨਵੇਂ ਦਿੰਦੇ ਹਾਂ ਸਮੇਂ ਆ ਕੇ ਵੀ ਐਂ ਪੁਰਾਣੇ ਦੇ ਮੰਗੀ ਵੀ ਚੰਗਾ ਲੱਗਦਾ। ਮੈਂ ਕਿਹਾ ਵੀ ਪੁਰਾਣੇ ਹੀ ਚਾਹੀਦੇ ਨੇ, ਮਹਾਂ ਜੀ ਨਵੇਂ ਨਹੀਂ ਚਾਹੀਦੇ। ਫਿਰ ਮੈਂ ਉੱਥੋਂ ਆਹ ਲੈ ਆਉਣਾ ਹੁੰਦਾ। ਅੱਛਾ, ਉਹ ਸਵੈਟਰ ਵੀ ਉਹਦਾ ਲਿਆਂਦਾ ਹੈ? ਹਾਂ ਸਵੈਟਰ ਵੀ ਉਹਨਾਂ ਦੇ ਸੀ, ਬਹੁਤ ਪੁਰਾਣਾ ਸੀ ਉਹਦਾ। ਅੱਛਾ, ਇਹ ਕਿਵੇਂ ਇਹ ਮਾਹੌਲ ਬਣਿਆ ਇਧਰਲੇ ਪਾਸੇ ਇਨਵੈਸਟਿੰਗ ਆਉਣ ਵਾਲਾ? ਨਾਲੇ ਮੈਂ ਸੁਣਿਆ ਵੀ ਪਿੰਡ ਚੋਂ ਵੀ ਨਾਲੇ ਕਹਿੰਦੇ ਮੁੰਡਾ ਬੈਂਕ 'ਚ ਲੱਗਿਆ ਹੋਇਆ। ਬੈਂਕ ਜੁਆਇਨ ਕਰੀ ਸੀ ਬਈ 2018 ਦੇ ਵਿੱਚ HDFC। ਸ਼ੁਰੂ ਤੋਂ ਹੈਗਾ ਹੀ ਸੀ ਬਈ ਆਪਾਂ ਕੋਈ ਅਲੱਗ ਦਾ ਕੰਮ ਕਰੀਏ ਵੀ ਰੈਟ ਰੇਸ 'ਚ ਨਾ ਪਈਏ ਹਨਾ, ਵੀ ਉਹ ਚੀਜ਼ ਵੀ ਨੌਕਰੀ ਕਰ ਲਈ ਰਿਟਾਇਰ ਹੋ ਗਏ ਮਰ ਗਏ ਉਦੋਂ ਬਾਅਦ ਕਿਹਨੇ ਯਾਦ ਕਰਨਾ ਹਨਾ, ਵੀ ਕੋਈ ਇਹੀ ਚੀਜ਼ ਤਾਂ ਕਰੀਏ ਵੀ ਜਿਹਦੇ ਨਾਲ ਆਪਾਂ ਨੂੰ ਹਨਾ ਲੋਕ ਯਾਦ ਕਰਨ। ਅੱਛਾ, ਉਹ ਕਿਵੇਂ ਸੀ ਤੁਸੀਂ ਮੈਨੇਜਰ ਨੂੰ ਕਹਿੰਦੇ ਵੀ ਮੈਂ ਤਾਂ ਉੱਥੇ ਚੱਲਿਆ ਲਿਮਟ ਕਰਨ, ਤੁਸੀਂ ਕਰਨ ਐਕਟਰ ਆ ਜਾਂਦੇ? ਮੁੜ ਕੇ ਉਹ ਫੋਨ ਕਰਦਾ, ਤੁਸੀਂ ਕਹਿੰਦੇ ਵੀ ਮੈਂ ਇੱਕ ਦਿਨ ਸ਼ਨੀਵਾਰ ਪਤਾ ਨਹੀਂ ਐਤਵਾਰ ਵਾਲੇ ਦਿਨ ਉਹਨੇ ਫੋਨ ਕਰ ਲਿਆ ਹੈ? ਸ਼ਨੀਵਾਰ ਦੀ ਉਹਦੇ ਛੁੱਟੀ ਦੀ, ਮੈਨੂੰ ਕਹਿੰਦਾ ਆਹ ਮੁੜ ਕਿੱਥੇ, ਮੈਨੂੰ ਐ ਦੀ ਮਾਂ ਯਾਰ ਅੱਜ ਛੁੱਟੀ ਖਰਾਬ ਕਰੂਗਾ ਇਹ, ਮਾਂ ਹੁਣ ਨਾ ਕਹਿੰਦੇ ਵੀ ਫਲਾਣੇ ਲਵੇ ਰਿਕਵਰੀ ਤੇ ਜਾਇਆ ਵੀ ਬੰਦਾ ਲਿਮਟ ਨਹੀਂ ਭਰਦਾ। ਮਾਂ ਹਾਂ ਜੀ, ਕਹਿੰਦਾ ਕਿੱਥੇ ਐ? ਮਹਾਂ ਜੀ ਮਹਾਂ ਮੈਂ ਤਾਂ ਗਿਆ ਹਾਂ ਜੀ ਲਿਮਟ ਵਾਲੇ ਲਵੇ ਕਿਸੇ ਲਵੇ, ਕਹਿੰਦਾ ਸ਼ਨੀਵਾਰ ਅੱਜ ਕਹਿੰਦਾ ਛੁੱਟੀ ਹੈ। ਅੱਛਾ, ਫਿਰ ਉਹ ਬੱਗੜ ਵਾਲਾ ਕਿਵੇਂ ਕਰੈਕਟਰ ਚੱਕਿਆ? ਬੱਗੜ ਵਾਲਾ ਮੈਨੂੰ ਇੰਦਰ ਨੇ ਕਿਹਾ, ਕਹਿੰਦਾ ਐਂ ਕਰਕੇ ਇਹਦੇ ਵਿੱਚ ਕਹਿੰਦਾ ਵੀ ਜੱਸੀ ਦਾ ਕਰੈਕਟਰ ਚੱਲ ਰਿਹਾ ਵੀ ਉਹ ਸਤਸੰਗ ਤੇ ਜਾਂਦੀਆਂ ਨੇ ਕਿਸੇ ਬਾਬੇ ਦੀ ਤੇ ਵੀ ਉਹਦੇ ਘਰ ਵਾਲੇ ਦਾ ਕਰੈਕਟਰ ਪਾਉਣਾ। ਫਿਰ ਮੈਂ ਉਹਨੂੰ ਕਿਹਾ ਮੈਂ ਵੀ ਮੈਂ ਦਿਮਾਗ 'ਚ ਸੋਚਿਆ ਸਾਡੇ ਪਿੰਡ ਦਾ ਬੰਦਾ ਜਿਹੜਾ ਬਾਂਹ ਫੜਨ ਵਾਲਾ ਮੇਰਾ ਜ਼ਿਆਦੇ ਹੈ, ਲੋਕ ਕਹਿੰਦੇ ਨੇ ਪਿਆਰ ਕਰਦੇ ਨੇ ਵੀ ਇਹ ਕਿਵੇਂ ਫੜਦਾ ਵੀ ਵਧੀਆ ਲੱਗਦੀ ਹੈ, ਉਹ ਸਾਡੇ ਪਿੰਡ ਬੰਦਾ ਹੁੰਦਾ ਸੀਗਾ ਐਵੇਂ ਬਾਂਹ ਫੜਦਾ ਸੀ ਉਹ ਬਸ ਐਂ ਐਂ ਨਾਲੀ ਜੀ ਤੇ ਤੁਰਿਆ ਜਾਂਦਾ ਹੁੰਦਾ ਸਾਈਡ ਸਾਈਡ ਜੀ ਤੇ ਪਰਨਾ ਬੰਨਿਆ ਹੁੰਦਾ ਕਦੇ ਖੋਲ ਲੈਂਦਾ ਕਦੇ ਬੰਨ ਲੈਂਦਾ ਤੇ ਉਹਨੂੰ ਦੇਖ ਕੇ ਮੈਂ ਕਿਹਾ ਯਾਰ ਵੀ ਉਹਦੇ ਵਾਲਾ ਕਰਦੇ ਹਾਂ ਕਿਉਂ ਇਹਦੇ ਵਿੱਚ ਖੁੱਲ੍ਹੇ ਜਿਹੇ ਕੱਪੜੇ ਪਾ ਕੇ ਲੱਗਦਾ ਵੀ ਮੈਂ ਉਨੀ ਸੀਗਾ ਅਤੇ ਫਿਰ ਮੈਂ ਉਹਦੀ ਕਾਪੀ ਕਰਤੀ। ਇੱਕ ਤਾਂ ਅਸੀਂ ਪਿੱਛੇ ਜੇ ਫਰਵਰੀ ਦੇ ਵਿੱਚ ਫਿਲਮ ਕਰਕੇ ਆਏ ਹਾਂ ਪੰਜਾਬੀ ਫਿਲਮ, ਉਹਦੇ ਵਿੱਚ ਅੰਮ੍ਰਿਤ ਮਾਨ, ਨੀਰੂ ਬਾਜਵਾ, ਜਸ ਬਾਜਵਾ ਬਾਈ, ਉਹਦੇ ਵਿੱਚ ਮੈਂ ਅਤੇ ਇੰਦਰ ਸੀਗੇ ਅਤੇ ਬੱਬਲ ਸੀ, ਤਿੰਨੇ ਜਾਣੇ ਅਸੀਂ ਕੰਮ ਕਰ ਕਰਦੇ ਨੇ ਨਾਲੇ ਕਹਿੰਦੇ ਦਹੀਂ ਤੁਸੀਂ ਖਵਾ ਕੇ ਭੇਜਿਆ। ਹਾਂ ਇਹਨਾਂ ਦਾ ਪੂਰਾ ਚਾਅ ਹੋ ਗਿਆ ਜਿਵੇਂ ਮੈਂ ਹੀਰੋ ਹਾਂ ਉੱਥੇ, ਨੀਰੂ ਬਾਜਵਾ ਜਿਵੇਂ ਮੇਰੇ ਨਾਲ ਹੀ ਕੰਮ ਕਰਨਾ ਹੋਵੇ ਕਰਦੇ ਨੇ ਦਹੀਂ ਭਾਈ। ਹਾਂ ਪੂਰਾ ਜਿੱਦਾਂ ਮੈਂ ਗਿਆ ਦਹੀਂ ਚੱਕੀ ਹੁਣ ਮਹਾਂ ਕੀ ਮਹਾਂ ਕੰਮ ਇਹਦਾ ਮੈਂ ਰੋਜ਼ ਹੀ ਜਾਂਦਾ, ਮਹਾਂ ਪਹਿਲਾਂ ਤਾਂ ਕਦੇ ਦਹੀਂ ਜੀ ਲਿਆਉਂਦੀ ਨਹੀਂ, ਕਹਿੰਦੇ ਵੀ ਅੱਜ ਤਾਂ ਤੂੰ ਉੱਧਰ ਜਾ ਰਿਹਾ ਉਹਨਾਂ ਨਾਲ ਵੱਡੀ ਫਿਲਮ ਨੀਰੂ ਬਾਜਵਾ ਉਹਨਾਂ ਨਾਲ, ਮਹਾਂ ਮੇਨ ਲੀਡ 'ਤੇ ਨਹੀਂ ਹੈਗਾ ਮੈਂ। ਆਪਣੇ ਜਿੰਨੇ ਵੀ ਕੋਈ ਪੰਜਾਬੀ ਸਿੰਗਰ ਆ ਹਨਾ ਕੋਈ ਐਕਟਰ ਹੈ ਜਦੋਂ ਵੀ ਮਾੜਾ ਜਿਹਾ ਚੱਲ ਪੈਂਦੇ ਨੇ ਹਨਾ, ਇਹਨਾਂ ਦੀ ਪਹਿਲੀ ਗੱਲ ਇਹੀ ਹੁੰਦੀ ਹੈ, ਇਹਨਾਂ ਨੇ ਘਰਦਿਆਂ ਨੂੰ ਕਦੇ ਚੰਗਾ ਨਹੀਂ ਕਹਿਣਾ ਹੁੰਦਾ, ਇਹਨਾਂ ਦੀ ਪਹਿਲੀ ਗੱਲ ਇਹੀ ਹੁੰਦੀ ਹੈ ਵੀ ਮੈਂ ਤਾਂ ਜੀ ਬਹੁਤ ਗਰੀਬ ਸੀਗਾ, ਮਤਲਬ ਗਰੀਬੀ ਹਰੇਕ ਦੇ ਹੁੰਦੀ ਹੈ ਸਾਡੇ ਵੀ ਮਾੜਾ ਟਾਈਮ ਦੀਗਾ, ਪਰ ਉਹਨਾਂ ਭਾਰਾ ਦੀ ਸਾਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਉਹਨਾਂ ਨੇ। ਅੱਛਾ, ਇਹ ਕੀ ਗੱਲਬਾਤ ਹੁੰਦੀ ਅਮਨ ਬਾਈ ਵੀ ਤੁਹਾਡੇ ਪਰਿਵਾਰ 'ਤੇ ਇਹ ਹਾਲਤ ਹੋ ਜਾਂਦੀ ਆ ਵੀ ਤੁਹਾਡੇ ਤਾਇਆ ਜੀ ਨੂੰ ਉਧਰੰਗ ਹੋ ਜਾਂਦਾ ਅਤੇ ਸਾਰੀ ਜ਼ਿੰਮੇਵਾਰੀ ਤੁਹਾਡੇ ਡੈਡੀ 'ਤੇ ਆ ਜਾਂਦੀ ਹੈ ਫਿਰ? ਇਹ ਬਾਈ 20-22 ਸਾਲ ਪਹਿਲਾਂ ਦੀ ਗੱਲ ਹੈ, ਉਹ ਅਸੀਂ ਕਿਤੇ ਕੰਮ 'ਤੇ ਗਏ ਸੀ ਮੇਰੇ ਤਾਇਆ ਜੀ, ਉੱਥੋਂ ਬਸ ਉਹਨਾਂ ਨੂੰ ਉਧਰੰਗ ਹੋ ਗਿਆ ਅਤੇ ਉਹਨਾਂ ਨੂੰ ਚੱਕ ਹੀ ਲਿਆਉਂਦਾ ਬਸ, ਉਦੋਂ ਬਾਅਦ ਉਹਨਾਂ ਦੇ ਇਲਾਜ ਇਲੂਜ 'ਤੇ ਵੀ ਵਾਧੂ ਪੈਸਾ ਲੱਗਿਆ ਹਨਾ, ਪੈਸਾ ਖਰਾਬ ਵੀ ਜਿੰਨੀ ਬੱਚਤ ਹੁੰਦੀ ਸੀ ਜੋ ਵੀ ਫਸਲ ਵਗੈਰਾ ਹੁੰਦੀ ਸੀ ਉਹ ਐਂ ਲੰਘ ਜਾਂਦੀ ਸੀ ਸਾਰੀ। ਅਤੇ ਬਾਕੀ ਅਸੀਂ ਸਾਰੇ 5 ਭੈਣ ਭਾਈ ਹਾਂ, ਅਸੀਂ 2 ਤਾਂ ਅਸੀਂ ਭੈਣ ਭਾਈ ਅਤੇ 3 ਮੇਰੇ ਤਾਏ ਦੇ ਮੁੰਡੇ,
ਪੰਜੇ ਅਸੀਂ ਪ੍ਰਾਈਵੇਟ ਸਕੂਲ 'ਚ ਪੜ੍ਹਾਇਆ ਮੇਰੇ ਡੈਡੀ ਨੇ, ਐਵੇਂ ਕਹਿੰਦਾ ਮੇਰੀ ਮੰਮੀ ਹੋਰਾਂ ਨੇ ਵੀ ਬੰਦਿਆਂ ਵਾਂਗੂ ਕੰਮ ਕਰਿਆ ਨਾਲ, ਜਦੋਂ ਕਣਕ ਵੱਢਦੇ ਹਨ ਹੱਥੀਂ ਵੱਢਦੇ ਨਾਲ ਵਢਾਉਂਦੀਆਂ ਮੇਰੀ ਮੰਮੀ ਹੋਰੀਆਂ, ਤਾਈ ਵੀ, ਤਾਈ ਵੀ ਮੇਰੀ। ਫਿਰ ਜੇ ਮੇਰੀ ਮੰਮੀ ਨੇ ਮੇਰੀ ਨੇ ਬਹੁਤ ਮਿਹਨਤ ਕਰੀ ਆ ਬਈ, ਹੈ ਨਾ, ਸਿਲਾਈ ਸੈਂਟਰ ਲਾਉਣਾ ਉਹਨੇ, ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਉਹਨੇ ਕੰਮ ਸਿਖਾ ਦੀਆਂ, ਹੈ ਨਾ, ਸੌਵਾਂ ਦੇ ਹਿਸਾਬ ਨਾਲ ਘਰੇ ਸਾਡੇ ਸਿਲਾਈ ਸੈਂਟਰ ਲਾ ਲੈਣਾ, ਕਦੇ ਨੇੜੇ ਦੇ ਕਿਸੇ ਪਿੰਡ 'ਚ ਸਿਖਾ ਕੇ ਆਉਣਾ ਉਹਨੇ, ਸੂਟ ਸਾਟ ਸਿਆਉਣੇ, ਹੈ ਨਾ, ਅਤੇ ਘਰ ਦਾ ਕੰਮ ਮੇਰੀ ਤਾਈ ਕਰੀ ਜਾਂਦੀ, ਅਤੇ ਸਾਨੂੰ ਵਧੀਆ ਪਾਲੇ ਜਾਂਦੀ, ਕਹਿ ਦੀ ਬਈ ਇਕੱਲਾ ਇਕੱਲਾ ਸ਼ੌਂਕ ਸਾਡਾ ਪੂਰਾ ਕਰੇ। ਮੇਰੇ ਡੈਡੀ ਨੂੰ ਨਾ ਅਟੈਕ ਆ ਗਿਆ ਬਈ 5-6 ਸਾਲ ਪਹਿਲਾਂ ਰਾਤ ਨੂੰ, ਅਤੇ ਮੈਂ ਚੰਡੀਗੜ੍ਹ ਗਿਆ ਹੋਇਆ, ਚੰਡੀਗੜ੍ਹੋਂ ਆ ਕੇ ਅਸੀਂ ਮੈਂ ਇੰਦਰ ਦੇ ਘਰ ਪੈ ਗਿਆ, ਉਹ ਕਹਿੰਦਾ ਚਲ ਉਰੀ ਰਹਿ ਜਾ, ਹਨੇਰਾ ਹੋ ਰਿਹਾ ਕਿੱਥੇ ਜਾਏਗਾ। ਡੈਡੀ ਨੂੰ ਅਟੈਕ ਆ ਗਿਆ, ਮੈਨੂੰ ਸਵੇਰੇ ਦੱਸਿਆ 6-7 ਵਜੇ ਤੁਹਾਡੇ ਤਾਏ, ਮੇਰੀ ਮੰਮੀ ਦਾ ਫੋਨ ਆਇਆ, ਉਹ ਵੀ ਕਹਿੰਦੀ ਐਵੇਂ ਕਰਕੇ ਵੀ ਬਿਮਾਰ ਹੋ ਗਿਆ ਤੇਰਾ ਡੈਡੀ, ਅਤੇ ਮੇਰਾ ਮਨ ਜਿਹਾ ਹੋ ਗਿਆ, ਮੈਂ ਹੈਪੀ ਨੂੰ ਕਿਹਾ ਮਾਂ ਬਈ ਤਾਂ ਮੈਨੂੰ ਰਾਤ ਹੀ ਕਿਉਂ ਨਹੀਂ ਦੱਸਿਆ, ਤਾਏ ਦੇ ਮੁੰਡੇ ਨੂੰ, ਵੱਡੇ ਨੂੰ। ਉਹਦੀ ਗੱਲ ਸੁਣ ਕੇ ਬਈ ਮੇਰਾ ਰੋਣ ਆ ਗਿਆ, ਮੈਨੂੰ ਕਹਿੰਦਾ ਬਈ ਮੈਨੂੰ ਐਂ ਦੀਗਾ ਵੀ ਤੂੰ ਚੰਡੀਗੜ੍ਹੋਂ ਆਇਆ, ਹੈ ਨਾ, ਥੱਕਿਆ ਹੋਏਗਾ ਵੀ ਕਾਹਨੂੰ ਉਠਾਉਣਾ, ਇਹ ਪਿਆਰ ਹੁੰਦਾ ਚਾਚੇ ਦਾ ਮੁੰਡੇ ਨੂੰ। ਘਰ ਵਾਲੀ ਲੜਦੀ ਤਾਂ ਨਹੀਂ ਹੈਗੀ ਤੁਹਾਡੀ ਵੀ ਤੂੰ ਕੁੜੀਆਂ ਨਾਲ ਤੁਰਿਆ ਫਿਰਦਾ, ਉੱਥੇ ਫਿਲਮਾਂ 'ਚ ਕੁੜੀਆਂ ਆਉਂਦੀਆਂ ਨੇ, ਉੱਥੇ ਜਨਾਨੀਆਂ ਆਉਂਦੀਆਂ ਨੇ, ਇਹ ਬਹੁਤ ਦੇ ਘਰਾਂ ਦੇ ਬਈ ਲੋਕਾਂ ਦੇ ਘਰਾਂ 'ਚ, ਹੈ ਨਾ, ਜਿਹੜੇ ਆਰਟਿਸਟ ਨੇ ਐਕਟਰ ਦੇ ਮੁੰਡੇ, ਬਹੁਤ ਉਹਨਾਂ ਦੇ ਘਰਾਂ 'ਚ ਲੜਾਈਆਂ ਰਹਿੰਦੀਆਂ ਨੇ, ਆਪਾਂ ਸੁਣਦੇ ਰਹਿੰਦੇ ਹਾਂ, ਇਹਨਾਂ ਨੂੰ ਵੀ ਕਹਿੰਦੇ ਰਹਿੰਦੇ ਨੇ ਕੁੜੀਆਂ ਨਾਲ ਦੀਆਂ, ਵੀ ਐਂ ਕਰਕੇ ਵੀ ਤੁਹਾਨੂੰ ਗੁੱਸਾ ਨਹੀਂ ਆਉਂਦਾ ਜਦੋਂ ਕੁੜੀਆਂ ਨਾਲ ਰੀਲਾਂ ਰੂਲਾਂ ਪਾਉਂਦੇ ਨੇ ਜਾਂ ਫਿਲਮਾਂ ਬਣਾਉਂਦੇ ਨੇ, ਹੈ ਨਾ, ਅਤੇ ਮੈਨੂੰ ਵੀ ਦੋਸਤ ਪੁੱਛਦੇ ਰਹਿੰਦੇ ਨੇ ਵੀ ਤੇਰੀ ਵਾਈਫ ਨਹੀਂ ਗੁੱਸਾ ਕਰਦੀ, ਬਈ ਜਮੀ ਨਹੀਂ ਕਰਦੀ ਗੁੱਸਾ, ਉਹਨੂੰ ਪਤਾ ਵੀ ਇਹਦਾ ਕੰਮ ਆ, ਹੈ ਨਾ, ਇਹਦੀ ਜੋਬ ਹੈ, ਇਹਦਾ ਕਿੱਤਾ ਹੈਗਾ ਵੀ ਕੋਈ ਗੱਲ ਨਹੀਂ ਕਰੀਆਂ, ਅਤੇ ਯਕੀਨ ਦੇ ਸਿਰ 'ਤੇ ਹੁੰਦਾ ਬਈ ਸਾਰਾ ਕੁਛ, ਹੈ ਨਾ, ਉਹਨੂੰ ਯਕੀਨ ਆ, ਸਾਰੇ ਵੀ ਨਹੀਂ ਗੁੱਸਾ ਕਰਦੇ ਗੱਲ, ਅਤੇ ਉਹਦੀ ਸਪੋਰਟ ਹੈ, ਨਹੀਂ ਕਰਦੇ ਬਈ, ਅੱਛਾ, ਉਹ ਵੀ ਵਧੀਆ ਸਮਝਦੇ ਨੇ ਗੱਲ ਆਪਣੀ, ਵਧੀਆ। ਲੱਤਾਂ ਖਿੱਚਣ ਵਾਲੇ ਵੀ ਇਹ ਲੈਣ ਦੇ ਵਿੱਚ, ਲੱਤਾਂ ਖਿੱਚਣ ਵਾਲਾ ਤਾਂ ਬਈ ਹਰੇਕ ਕੰਮ 'ਚ ਹੀ ਹੁੰਦੇ ਨੇ, ਅਤੇ ਇਹ ਲੈਣ 'ਚ ਜ਼ਿਆਦਾ ਨੇ, ਇਹ ਲੈਣ ਥੋੜ੍ਹੀ ਜ਼ਿਆਦਾ ਗੰਦੀ ਆ ਬਈ, ਪਹਿਲਾਂ ਸੁਣਦੇ ਹੁੰਦੇ ਅਤੇ ਹੁਣ ਦੇਖ ਵੀ ਲਿਆ, ਹੈ ਨਾ, ਅਤੇ ਇੱਥੇ ਤਾਂ ਤੁਹਾਨੂੰ ਐਂ ਨਹੀਂ ਪਤਾ, ਕਈ ਨਾਲ ਦੇ ਵੀ ਤੁਹਾਨੂੰ ਡੀਮੋਟੀਵੇਟ ਕਰਦੇ ਨੇ। ਮੈਂ ਤਾਂ ਇੱਕ ਚੀਜ਼ ਦੇਖੀ ਆ ਯਾਰ ਆਪਾਂ, ਹੈ ਨਾ, ਇਹ ਚਲੋ ਇਹ ਤਾਂ ਲੋਕ ਹੁੰਦੀ ਨੇ ਨੈਗੇਟਿਵ, ਆਪਾਂ ਇਹਨਾਂ ਦੀ ਗੱਲ ਨਾ ਕਰੀਏ, ਵੀ ਯਾਰ ਜੇ ਕਿਸੇ ਨੂੰ ਹੌਸਲਾ ਨਹੀਂ ਦੇ ਸਕਦੇ, ਹੈ ਨਾ, ਨੈਗੇਟਿਵ ਵੀ ਨਾ ਕਰੋ, ਤਾਂ ਛੱਡ ਦਿਉ, ਕੋਈ ਗੱਲ ਨਹੀਂ, ਜਿਸ ਨੂੰ ਨਹੀਂ ਵਧੀਆ ਲੱਗਦਾ, ਹੈ ਨਾ, ਤਾਂ ਉਹ ਨਾ ਕਰੋ। ਲੋਕ ਵਧੀਆ ਸਪੋਰਟ ਕਰਦੇ ਨੇ ਬਈ ਜਿੱਧਰ ਜਾਂਦੇ ਹਾਂ ਨਾ, ਕਈ ਵਾਰੀ ਮੰਮੀ ਡੈਡੀ ਨਾਲ ਹੁੰਦੇ ਨੇ ਜਾਂ ਪਰਿਵਾਰ ਦਾ ਕੋਈ ਨਾਲ ਹੁੰਦਾ, ਲੋਕ ਬੁਲਾਉਂਦੇ ਨੇ, ਹੈ ਨਾ, ਉਹਨਾਂ ਨੂੰ ਵੀ ਪ੍ਰਾਊਡ ਜਿਹਾ ਫੀਲ ਹੁੰਦਾ ਵੀ ਜਾਣਦੇ ਨੇ ਸਾਡੇ ਮੁੰਡੇ ਨੂੰ, ਵਧੀਆ ਲੱਗਦਾ। ਅੱਛਾ, ਕਿਵੇਂ ਨੇ ਸਿਹਤਾਂ ਹੁਣ? ਸਿਹਤਾਂ ਵਧੀਆ ਬਈ, ਨਾਲੇ ਕਹਿੰਦੇ ਟਾਈਫਾਈਡ ਹੋ ਗਿਆ ਸੀ ਪਿੱਛੇ, ਟਾਈਫਾਈਡ ਹੋ ਕੇ ਹਟ ਗਿਆ ਬਈ, ਇਹ ਤਾਂ ਚੱਲਦੀ ਰਹਿੰਦੀ ਨੇ, ਕੋਈ ਕਮਜ਼ੋਰੀ ਤਾਂ ਨਹੀਂ? ਨਾ ਬਈ, ਐਂ ਕਿਵੇਂ, ਬਾਬੇ ਦੀ ਕਿਰਪਾ ਹੈ। ਅੱਛਾ ਅਮਨ ਬਈ, ਇਹ ਆ ਤੁਹਾਡਾ ਅਸੀਂ ਕਰੈਕਟਰ ਦੇਖਿਆ ਬੱਗੜ ਵਾਲਾ, ਹੈ ਨਾ, ਹਾਂਜੀ ਬਈ, ਤੇ ਉਹ ਕਰੈਕਟਰ ਦੇਖ ਕੇ ਐਂ ਲੱਗਦੀ ਨਹੀਂ ਵੀ ਇਹ ਬੰਦਾ ਐਕਟਿੰਗ ਕਰਦਾ, ਉਹ ਦੇਖ ਕੇ ਐਂ ਲੱਗਦਾ ਵੀ ਬੰਦਾ ਸੱਚਿਓਂ ਇਸ ਕਦਰ ਤੱਕ ਉਹਦਾ ਮਾਨਸਿਕ ਜਿਹੜਾ ਇੰਨਾ ਕੁ ਅੰਧ ਵਿਸ਼ਵਾਸੀ ਆ, ਹੈ ਨਾ, ਉਹ ਦਿਮਾਗੀ ਤੌਰ ਤੇ ਵੀ ਇੰਨਾ ਰੁੱਝਿਆ ਹੋਇਆ ਉਹ ਬੰਦਾ ਹੈਗਾ, ਨਿਰਾਲੇ ਬਾਬੇ ਦਾ ਪੱਕਾ ਸੇਵ। ਮੈਂ ਤੁਹਾਨੂੰ ਦੱਸਦਾ ਬਈ ਇਹ ਨਾ, ਤੁਸੀਂ ਵੀ ਕਹਿੰਦਾ, ਹੈ ਨਾ, ਕਈ ਬੰਦੇ ਜਦੋਂ ਮੈਨੂੰ ਇੰਸਟਾਗ੍ਰਾਮ ਤੇ ਦੇਖ ਲੈਂਦੇ ਨੇ, ਹੈ ਨਾ, ਮੇਰੀਆਂ ਅਸਲੀ ਫੋਟੋਆਂ ਦੇਖ ਲੈਂਦੇ ਨੇ ਜਾਂ ਕੋਈ ਵੀਡੀਓ ਰੀਲਾਂ ਰੂਲਾਂ ਪਾਉਂਦੇ ਰਹਿੰਦੇ ਆ, ਬਈ ਹੈਰਾਨ ਹੋ ਜਾਂਦੇ ਨੇ, ਉਹ ਐਂ ਮੈਸੇਜ ਕਰ ਦਿੰਦੇ ਨੇ, ਕਹਿੰਦੇ ਭਰਾ ਵਾ, ਕਹਿੰਦੇ ਤੂੰ ਤਾਂ ਸਿਆਣ ਜੀ ਲਿਆਉਂਦਾ ਉਰੇ, ਇਹਦਾ ਐਂ ਲੱਗਦਾ ਹੁੰਦਾ ਵੀਡੀਓ ਜਿੱਦਾਂ ਵੀ ਸੱਚੀ ਵੀ ਚੱਕ ਕੇ ਕੋਈ ਬੰਦਾ ਨਿਰਾਲੇ ਬਾਬੇ ਦਾ ਭਗਤੀ ਬਿਠਾ ਤਾ, ਐਂ ਵੀ ਉੱਥੇ ਤਾਂ ਐਂ ਲੱਗਦਾ ਵੀ ਅਸਲੀ। ਅੱਛਾ, ਇਹ ਕਿਵੇਂ ਇਹ ਮਾਹੌਲ ਬਣਿਆ ਇੱਧਰਲੇ ਪਾਸੇ ਨੂੰ ਐਕਟਿੰਗ ਆਉਣ ਵਾਲਾ? ਨਾਲੇ ਮੈਂ ਸੁਣਿਆ ਵੀ ਪਿੰਡ 'ਚੋਂ ਵੀ ਨਾਲੇ ਕਹਿੰਦੇ ਮੁੰਡਾ ਬੈਂਕ 'ਚ ਲੱਗਿਆ ਹੋਇਆ। ਬੈਂਕ ਜੁਆਇਨ ਕਰੀ ਸੀ ਬਈ 2018 ਦੇ ਵਿੱਚ HDFC, ਉਦੋਂ ਬਾਅਦ ਕੀ ਹੋਇਆ, 19 ਦੇ ਵਿੱਚ ਮੇਰੇ ਖਿਆਲ 'ਚ ਮਿੰਦੋ ਤਹਿਸੀਲਦਾਰਨੀ ਫਿਲਮ ਬਣੀ ਸੀ, ਉਹਦਾ ਜਿਹੜਾ ਅਸਿਸਟੈਂਟ ਡਾਇਰੈਕਟਰ ਸੀਗਾ ਉਹ ਮੇਰਾ ਕਜ਼ਨ ਸੀਗਾ, ਭਰਾ ਭੂਆ ਦਾ ਮੁੰਡਾ, ਹੁਣ ਉਹਦੀ ਡੈਥ ਹੋ ਗਈ, ਉਹ ਰਾਈਟਰ ਵੀ ਸੀਗਾ,
ਟੌਰੀ ਮੌਦਗਿੱਲ, ਉਹ ਉਦੋਂ ਮੈਂ ਉਹਦੇ ਕੋਲੇ ਗਿਆ ਸ਼ੂਟ ਤੇ, ਮੈਨੂੰ ਆਪਾਂ ਨੂੰ ਵੈਸੇ ਹੀ ਨੀ ਚਾਹ ਹੁੰਦਾ ਵੀ ਆਪਣਾ ਬੰਦਾ ਆਪਣਾ ਭਾਈ ਫਿਲਮ ਬਣਾ ਰਿਹਾ ਉੱਥੇ ਆਹ ਹੋਣਗੇ ਵਧੀਆ ਵਧੀਆ ਸਟਾਰ ਹੋਣਗੇ ਵੀ ਆਪਣੀਆਂ ਫੋਟੋਆਂ ਫੋਟਾਂ ਖਿਚਾ ਦੂਗਾ ਵਾ ਵੀ ਆਪਾਂ ਪਾ ਲਾਂਗੇ ਫਿਰ ਵਧੀਆ ਚੜਾਈ ਜੀ ਹੋਜੂਗੀ। ਉਦੋਂ ਬਾਈ ਮੈਂ ਵਗ ਗਿਆ ਉੱਥੇ ਤੇ ਉੱਥੇ ਗਿਆ ਹੋਇਆ, ਚੱਲ ਮੈਨੂੰ ਵੀ ਦੇਖ ਕੇ ਇੰਝ ਲੱਗਿਆ ਵੀ ਇਹਨਾਂ ਦੀ ਲਾਈਫ ਵਧੀਆ ਯਾਰ ਵੀ ਕੰਮ ਵੀ ਵਧੀਆ ਹਨਾ ਇਹ। ਤੇ ਮੈਂ ਉਹਨੂੰ ਕਿਹਾ ਭੂਆ ਦੇ ਮੁੰਡੇ ਨੂੰ ਟੌਰੀ ਮੌਦਗਿੱਲ ਨੂੰ, ਮੈਂ ਕਿਹਾ ਯਾਰ ਮੈਂ ਕਿਹਾ ਮੈਂ ਵੀ ਕਰਨਾ ਇਹ, ਤੇ ਉਹ ਹੱਸ ਪਿਆ ਉਹ ਕਹਿੰਦਾ ਐ ਨੀ ਹੁੰਦਾ ਇਹ। ਮੈਂ ਕਿਹਾ ਹੁਣ ਨੂੰ ਕੀ ਯਾਰ ਮੈਂ ਇਹ ਵੀ ਕਰੀ ਜਾਂਦੇ ਨੇ, ਮੈਨੂੰ ਕਹਿੰਦਾ ਪਹਿਲਾਂ ਮੈਨੂੰ ਐਂ ਦੱਸ, ਕਹਿੰਦਾ ਜੇ ਤੂੰ ਮਿਸਤਰੀ ਨੂੰ ਜੋੜੀਆਂ ਲਾਉਂਦੇ ਨੂੰ ਦੇਖ ਲੈ ਵੀ ਅੱਜ ਦੇਖ ਲਿਆ ਵੀ ਵਧੀਆ ਕੰਮ ਹੈ ਵੀ ਵਧੀਆ ਤਾਂ ਪੈਸੇ ਕਮਾਉਂਦੇ ਨੇ, ਕਹਿੰਦਾ ਘਰੇ ਜਾ ਕੇ ਲਾ ਲੇਗਾ। ਮਹਾਂ ਨਾ ਯਾਰ, ਕਹਿੰਦਾ ਬਈ ਸਿੱਕਣਾ ਹੋਊਗਾ। ਮੈਂ ਫਿਰ ਸਿਖਿਆ ਬਈ ਤੂੰ ਹੀ ਲਾ, ਮੈਨੂੰ ਤਾਂ ਕੀ ਪਤਾ। ਫਿਰ ਉਹ ਮੈਨੂੰ ਕਹਿੰਦਾ ਚੰਡੀਗੜ੍ਹ ਲਾ ਦਿੰਦਾ ਪੂਰੇ ਕਿਸੇ ਲਵੇ ਥੀਏਟਰ ਸਿੱਖਣ। ਮੈਂ ਮੇਰਾ ਸੈਟਿੰਗ ਨੀ ਬਹਿ ਦੀ, ਨਾ ਮੈਨੂੰ ਬੈਂਕ ਬਿਨਾ ਸਰਦਾ ਦੀ ਹਨਾ, ਬੈਂਕ 'ਚ ਨੌਕਰੀ ਕਰ ਰਹੀ ਸੀ, ਬੈਂਕ 'ਚ HDFC 'ਚ ਹੈਗਾ ਸੀ ਉਦੋਂ ਮੈਂ। ਮੈਂ ਯਾਰ ਲੋੜਾਂ ਵੀ ਪੂਰੀਆਂ ਕਰਨੀਆਂ ਹੁੰਦੀਆਂ ਨੇ ਹਨਾ। ਉਹਨੇ ਉਹਦਾ ਮਿੱਤਰ ਸੀਗਾ ਲਹਿਰੇ ਗਾਗੇ ਧਰਮਿੰਦਰ ਦਾਸ ਬਾਬਾ ਜੀ, ਜਿਹਨਾਂ ਤੋਂ ਮੈਂ ਸਿੱਖਿਆ, ਉਹ ਉੱਥੇ ਥੀਏਟਰ ਦੀਆਂ ਕਲਾਸਾਂ ਲਾਉਂਦੇ ਸੀ ਤੇ ਭੰਗੜੇ ਦੀਆਂ, ਜੋਤ ਕਲਾ ਕੇਂਦਰ ਬਣਿਆ ਹੋਇਆ ਲਹਿਰੇ ਗਾਗੇ। ਉੱਥੇ ਫਿਰ ਉਹਨੇ ਮੇਰੀ ਜੁਆਇਨਿੰਗ ਕਰਵਾ ਦਿੱਤੀ ਤੇ ਮੈਂ ਬੈਚ ਵੀ ਸ਼ਾਮ ਦਾ ਰੱਖ ਲਿਆ, 6 ਵਜੇ ਮੈਂ ਬੈਂਕ 'ਚੋਂ ਫ੍ਰੀ ਹੋਇਆ ਕਰਾਂ ਤੇ 7 ਵਜੇ ਮੈਂ ਉੱਥੇ ਜਾਇਆ ਕਰਾਂ। ਘੰਟਾ ਥੀਏਟਰ ਦੀ ਕਲਾਸ ਹੁੰਦੀ ਸਾਡੀ, ਅੱਧਾ ਕੁ ਘੰਟਾ ਸਾਡਾ ਭੰਗੜੇ ਦਾ ਹੁੰਦਾ ਸੀ, 8:30 ਤੋਂ ਫ੍ਰੀ ਹੁੰਦਾ ਸ਼ਾਮ ਨੂੰ, ਤੋਂ ਚੱਲਦੇ ਕਰਦੇ ਪੌਣੇ 9 ਹੋ ਜਾਂਦੇ, 9:30 ਘਰੇ ਪਹੁੰਚਦਾ ਮੈਂ। ਤੇ ਘਰੇ ਵੀ ਤੁਹਾਨੂੰ ਪਤਾ ਹੀ ਹੈ ਹਨਾ, ਬੁੜੀਆਂ ਸੋਚ ਹੁੰਦੀ ਹੈ, ਮਾਤਾ ਹੋਰੇ ਕਹਿ ਜਾਂਦੇ ਵੀ ਤੂੰ ਛੱਡ ਰਹਿਣ ਦੇ ਕੀ ਕਰੇਗਾ, ਵੀ ਕੋਈ ਰਾਹ 'ਚ ਨਾਲੇ ਤੇਰੇ ਲਫੇੜੇ ਮਾਰ ਜੂਗੇ, ਮੋਟਰ ਮੋਟਰਸਾਈਕਲ ਲੈ ਜੂ ਖੋ ਕੇ ਹਨਾ, ਆਪਣੇ ਤਾਂ ਸਿੱਧੇ ਹੀ ਚੱਲਦੇ ਹੁੰਦੇ ਨੇ ਘਰ ਦੇ। ਮਹਾਂ ਚੱਲ ਕੋਈ ਨਾ, ਮਹਾਂ ਸਿੱਖ ਲੈਂਦੇ ਦੇਖਦੇ ਹਾਂ ਵੀ ਕੀ ਚੀਜ਼ ਆ, ਵੀ ਚੱਲ ਸ਼ੌਂਕ ਤਾਂ ਆਪਾਂ ਨੂੰ ਹੈਗਾ ਹੀ ਆ, ਸ਼ੁਰੂ ਤੋਂ ਹੈਗਾ ਹੀ ਸੀ ਬਈ ਆਪਾਂ ਕੋਈ ਅਲੱਗ ਦਾ ਕੰਮ ਕਰੀਏ ਵੀ ਰੈਟ ਰੇਸ 'ਚ ਨਾ ਪਈਏ ਹਨਾ, ਵੀ ਉਹ ਚੀਜ਼ ਵੀ ਨੌਕਰੀ ਕਰ ਲਈ ਰਿਟਾਇਰ ਹੋ ਗਏ ਮਰ ਗਏ ਉਦੋਂ ਬਾਅਦ ਕਿਹਨੇ ਯਾਦ ਕਰਨਾ ਹਨਾ, ਵੀ ਕੋਈ ਇਹੀ ਚੀਜ਼ ਤਾਂ ਕਰੀਏ ਵੀ ਜਿਹਦੇ ਨਾਲ ਆਪਾਂ ਨੂੰ ਹਨਾ ਲੋਕ ਯਾਦ ਕਰਨ। ਉਦੋਂ ਬਾਅਦ ਬਈ ਬਸ ਫਿਰ ਉੱਥੇ ਵਧੀਆ ਚੱਲਿਆ ਹਨਾ ਕਾਫੀ ਟਾਈਮ ਸੀ। ਨਾਲੇ ਕਹਿੰਦੇ ਵੀ ਬੈਂਕ 'ਚ ਲੱਗਿਆ ਹੋਇਆ ਸੀ ਤੇ ਚੋਰੀ, ਤੁਸੀਂ ਮੈਨੇਜਰ ਨੂੰ ਕਹਿ ਦਿੰਦੇ ਵੀ ਮੈਂ ਤਾਂ ਅਟੈਂਪਟ ਕਰਨ ਚੱਲੇ ਹਾਂਗਾ ਕਿਸੇ ਦੀ, ਵੀ ਅੱਜ ਤੱਕ ਇਹਨੂੰ ਰਗੜ ਗਿਆ। ਮੈਂ ਤੁਹਾਨੂੰ ਦੱਸਦਾ ਬਈ, ਪਹਿਲੀ ਗੱਲ ਤਾਂ ਯਾਰ ਆਹ ਬੰਦੇ ਨੂੰ ਸਲਾਮ ਹੈ ਨਾ ਜਿਹੜੇ ਕਿਸੇ ਵੀ ਕੰਪਨੀਆਂ 'ਚ ਲੱਗੇ ਹੋਏ ਨੇ, ਕਿਸੇ ਵੀ ਜਿਹੜੇ ਮੋਟਰਸਾਈਕਲਾਂ 'ਤੇ ਫਿਰਦੇ ਨੇ ਯਾਰ ਵਿਚਾਲੇ, ਗੱਲ 'ਚ ਆਈ ਕਾਰਡ ਪਾਈ ਹਨਾ, ਇਹਨਾਂ ਦੀ ਬਹੁਤ ਮਿਹਨਤ ਹੈ, ਇਹਨਾਂ ਸਿਰਤੀ ਵੱਡੇ ਅਫਸਰਾਂ ਦੀਆਂ ਜਿਹੜੇ AC 'ਚ ਬਹਿ ਕੇ 4-4 ਲੱਖ ਤਨਖਾਹ ਲੈਂਦੇ ਨੇ, ਉਹਨਾਂ ਦੀਆਂ ਤਨਖਾਹਾਂ ਇਹਨਾਂ ਸਿਰਤੀ ਚੱਲਦੀਆਂ ਨੇ, ਕਾਰਪੋਰੇਟ ਸਿਸਟਮ ਚੱਲਦਾ ਜਿਹੜਾ, ਇਹ ਬਹੁਤ ਮਿਹਨਤ। ਪਰ ਸਾਨੂੰ ਸਿਖਾਈ ਇਹ ਜਾਂਦਾ ਸੀ ਬਈ, ਜਦੋਂ ਸਾਡੀ ਮੀਟਿੰਗ ਹੁੰਦੀ ਸੀ ਉਹ 'ਚ ਐਂ ਸਿਖਾਉਂਦੇ ਹੁੰਦੇ ਵੀ ਤੁਸੀਂ ਬੰਦੇ ਨੂੰ ਵੀ ਕਿਵੇਂ ਕੀਲ ਸਕਦੇ ਹੋ, ਹੈਂ ਵੀ ਜੇ ਮੰਨ ਲਓ ਬੰਦੇ ਦੀ ਲਿਮਿਟੇ ਕਰਨੀ ਤੁਸੀਂ, ਉਹਨੂੰ ਕਰਜ਼ਾ ਦੇਣਾ ਉਸ, ਉਹਨੂੰ ਤੁਸੀਂ ਕਿਵੇਂ ਕਹੋਗੇ, ਕਿਹੜੇ ਕਿਵੇਂ ਬੱਤ ਕਰੋਗੇ, ਉਹਨੂੰ ਹਿਸਾਬ 'ਚ ਕਰੋਗੇ ਹਨਾ, ਕੀ ਕਹਿੰਦੇ ਸੀ ਬਸ ਵੀ ਐਂ ਸਾਨੂੰ ਸਿਖਾ ਦਿੰਦੇ, ਸਾਨੂੰ ਕਹਿੰਦੇ ਵੀ ਤੁਸੀਂ ਬੰਦੇ ਕੋਲੇ ਜਾਣਾ, ਪਹਿਲਾਂ ਗੱਲਾਂ ਤੁਸੀਂ ਫਸਲ ਬਾੜੀ ਦੀਆਂ ਕਰਨੀਆਂ ਨੇ ਘਰ ਪਰਿਵਾਰ ਦੀਆਂ, ਉਹਨੂੰ ਦੱਸਣਾ ਵੀ ਤੁਸੀਂ ਅਸੀਂ ਆਹ ਬੈਂਕ ਤੋਂ ਆਏ ਜੀ, ਉਦੋਂ ਆਹ ਬੰਦੇ ਨੂੰ ਗੱਲਾਂ ਗੱਲਾਂ 'ਚ ਟੋਹ ਲੈਣਾ ਵੀ ਇਹ ਪੈਸੇ ਵਾਲਾ, ਇਹਨੂੰ ਇਹਦੇ ਲਈ ਪੈਸਾ ਹੈਗਾ ਕਿ ਇਹਨੂੰ ਲੋੜ ਹੈ। ਪਹਿਲਾਂ ਤਾਂ ਅਸੀਂ ਦੇਖਦੇ ਗੱਲਾਂ ਗੱਲਾਂ 'ਚ ਵੀ ਇਹਨੂੰ ਲੋੜ ਹੈ ਕਿ ਪਹਿਲਾਂ ਪੁੱਛਦੇ ਲਿਮਿਟ ਲੁਮਿਟ ਕਿੱਥੇ ਚੱਲਦੀ ਹੈ, ਖਾਤੇ ਕਿੱਥੇ ਚੱਲਦੇ ਨੇ ਹਨਾ। ਜੇ ਬੰਦਾ ਕਹਿੰਦਾ ਵੀ ਲਿਮਿਟ ਦੀ ਤਾਂ ਆਪਾਂ ਨੂੰ ਲੋੜ ਨਹੀਂ ਬਾਈ, ਆਪਣੇ ਲਵ ਤਾਂ ਪੈਸਾ ਪਿਆ ਹੁੰਦਾ, ਫਿਰ ਕਹਿੰਦੇ FD ਕਰ ਦਿੰਦੇ, ਲੰਘਣ ਨਹੀਂ ਦਿੰਦੇ ਜੀ ਬੰਦੇ ਨੂੰ ਵੀ ਖਾਤਾ ਕਲਾ ਲਾ ਵੀ FD ਕਰ ਦਿੰਦੇ ਆ। ਜੇ ਬੰਦਾ ਕਹਿੰਦਾ ਯਾਰ ਮੇਰੇ ਤਾਂ ਫਲਾਣੇ ਸਮੇਂ ਲਿਮਿਟ ਚੱਲਦੀ ਹੈ, ਫਿਰ ਉਹਨੂੰ ਕਹਿੰਦੇ ਵੀ ਘੱਟ ਵਿਆਜ ਆਪਣੇ, ਐ ਵੀ ਕਹਿੰਦੇ ਵੀ ਜੇ ਕਿਸੇ ਨੇ ਆਸ਼ਾ ਲੈਣਾ ਉਹਨੂੰ ਮਰ ਜਾਂਦੇ ਵਾਰਾਂ ਦੀ। ਉਹ ਬਈ ਟਰੈਕਟਰ ਲੋਨ 'ਚ ਬਹੁਤ ਆਪਦੇ ਟਾਰਗੇਟ ਪੂਰੇ ਕਰਨ ਦੇ ਮਾਰੇ ਬਹੁਤ ਲੋਕਾਂ ਨੂੰ ਦਵਾਏ ਨੇ ਬਈ। ਕਿਵੇਂ ਬਸ ਆਪਣਾ ਯਾਰ ਵਧੀਆ ਸਰਕਲ ਵਧੀਆ ਹਨਾ, ਆਪਣੇ ਮਿੱਤਰ ਵੀ ਚੰਗੇ ਹੀ ਨੇ ਹਨਾ, ਪੋਜ਼ਿਟਿਵ ਨੇ ਬੰਦੇ, ਉਹ ਆਪਣੇ ਟਾਰਗੇਟ ਸਾਰੇ ਪੂਰੇ ਕਰਾ ਦਿੰਦੇ। ਮੈਂ ਤਾਂ ਇੱਧਰ ਫਿਲਮਾਂ 'ਚ ਲੱਗਿਆ ਰਹਿੰਦਾ ਸੀਗਾ,
ਤੇ ਉਹ ਦਬਾ ਆਂਦੇ ਕਿਸੇ ਨੂੰ ਪੰਪ ਪੰਪ ਦੇ ਕੇ ਟਰੈਕਟਰ ਹੋਇਆ ਕਦੇ ਵੀ ਆ ਕਿਸੇ ਨੂੰ ਪੰਪ ਦੇ ਕੇ ਤੁਸੀਂ ਕਿਸੇ ਨੇ ਹਾਂ ਬਈ 855 ਦਬਾਇਆ ਹੋਇਆ ਹੁਣ ਆਪਾਂ ਦੱਸਣਾ ਨੀ ਉਹਨੂੰ ਕਹਿੰਦੇ ਵੀ 55 ਲੈ ਕਹਿੰਦੇ ਹੌਲੀ ਹੌਲੀ ਉਹ ਬੰਦਾ ਇਹਨਾਂ ਨੇ ਬੱਤ ਲਿਆਂਦਾ ਫਿਰ ਉਹਨੂੰ ਦਬਾਇਆ ਨਵਾਂ ਉਹਦਾ ਲੋਨ ਮੈਂ ਕਰਿਆ ਮੈਂ ਇੱਕ ਦੋ ਲੋਨ ਕਰ ਦਿੰਦਾ ਦੀ ਮੇਰਾ ਚੱਲੀ ਜਾਂਦਾ ਦੀ ਬਾਈ ਅੱਛਾ ਉਹ ਕਿਵੇਂ ਦੀ ਤੁਸੀਂ ਮੈਨੇਜਰ ਨੂੰ ਕਹਿੰਦੇ ਵੀ ਮੈਂ ਤਾਂ ਉੱਥੇ ਚੱਲਿਆ ਲਿਮਟ ਕਰਨ ਤੁਸੀਂ ਕਰਨ ਐਕਟਰ ਆ ਜਾਂਦੇ ਮੁੜ ਕੇ ਉਹ ਫੋਨ ਕਰਦਾ ਤੁਸੀਂ ਕਹਿੰਦੇ ਵੀ ਮੈਂ ਇੱਕ ਦਿਨ ਸ਼ਨੀਵਾਰ ਪਤਾ ਨਹੀਂ ਐਤਵਾਰ ਵਾਲੇ ਦਿਨ ਉਹਨੇ ਫੋਨ ਕਰ ਲਿਆ ਹੈ ਉਹ ਤਾਂ ਬਈ ਹੁਣ ਤੱਕ ਚੱਲਿਆ ਮੇਰਾ ਕੀ ਗੱਲ ਸੀ ਉਹ ਬਾਈਕ ਵਾਲਾ ਦਾ ਉਹ ਤਾਂ ਜਦੋਂ ਤੋਂ ਮੈਂ ਇੱਧਰ ਸ਼ਾਰਟ ਫਿਲਮਾਂ 'ਚ ਪਿਆ ਚਾਹੇ ਜੱਟ ਬੀਟ 'ਤੇ ਕੰਮ ਕਰਾਂ ਚਾਹੇ ਮੈਂ ਮੇਰੇ ਵਾਲੇ ਚੈਨਲ 'ਤੇ ਅਮਨ ਦੇ ਗੱਲ 'ਤੇ ਕਰਾਂ ਅਤੇ ਉੱਥੇ ਤਾਂ ਬਈ ਐਂ ਕਹਿ ਕੇ ਆਉਣਾ ਪੈਂਦਾ ਸੀਗਾ ਪ੍ਰਾਈਵੇਟ ਦਾ ਸਿਸਟਮ ਇਹ ਜਾਂਦਾ ਮੈਂ ਉਹਨੂੰ ਕਹਿ ਜਾਂਦਾ ਮੈਂ ਤਾਂ ਜੀ ਬੇਸਟ 'ਤੇ ਚੱਲਿਆ ਕਿਸੇ ਕੋਲੇ ਵੀ ਜਾਣ ਪਛਾਣ ਵਾਲਾ ਬੰਦਾ ਵੀ ਐਂ ਵਧੀਆ ਉਹਨੂੰ ਸੁਪਨਾ ਦਿਖਾਉਣਾ ਪੈਂਦਾ ਸੀ ਵੀ 30-35 ਕਿੱਲੇ ਬਣਦੇ ਨੇ ਵੀ ਲਿਮਿਟ ਕਰਾਂਗੇ ਆਪਾਂ ਉਹਦੀ ਜੀ 50 ਲੱਖ ਦੀ ਇੰਨੇ ਕਦੇ ਟਾਰਗੇਟ ਹੁੰਦਾ ਮੈਨੇਜਰ ਦਾ 50 ਲੱਖ ਦਾ ਕਰੋੜ ਦਾ ਅਤੇ ਵਗ ਜਾਂਦੇ ਫਿਰ ਉਹਨੂੰ ਕਹਿ ਜਾਂਦੇ ਵੀ ਸ਼ਾਮ ਨੂੰ ਪੁੱਛਦਾ ਵੀ ਕੀ ਬਣਿਆ ਕਦੋਂ ਦੇਊਗਾ ਡਾਕੂਮੈਂਟ ਬੰਦਾ ਕਰੀਏ ਫਿਰ ਕੋਈ ਨਾ ਕੋਈ ਬਹਾਨਾ ਲਾਉਣਾ ਪੈਂਦਾ ਵੀ ਤਾਂ ਖੜੂਗਾ ਜੀ ਹਾੜੀ ਤੱਕ ਉਹਦਾ ਸੌਣੀ ਤੱਕ ਖੜੂਗਾ ਜੀ ਨਾਲੇ ਕਹਿੰਦੇ ਵੀ ਇੱਕ ਦਿਨ ਉਹਨੇ ਛੁੱਟੀ ਵਾਲੇ ਦਿਨ ਫੋਨ ਕਰ ਲਿਆ ਸ਼ਨੀਵਾਰ ਦੀ ਉਹਦੇ ਛੁੱਟੀ ਦੀ ਮੈਨੂੰ ਕਹਿੰਦਾ ਆਮ ਕਿੱਥੇ ਮੈਨੂੰ ਐ ਦੀ ਮਾਂ ਯਾਰ ਅੱਜ ਛੁੱਟੀ ਖਰਾਬ ਕਰੂਗਾ ਇਹ ਮਾਂ ਹੁਣ ਨਾ ਕਹਿੰਦੇ ਵੀ ਫਲਾਣੇ ਲਵੇ ਰਿਕਵਰੀ ਤੇ ਜਾਇਆ ਵੀ ਬੰਦਾ ਲਿਮਿਟ ਨਹੀਂ ਭਰਦਾ ਮਾਂ ਹਾਂ ਜੀ ਕਹਿੰਦਾ ਕਿੱਥੇ ਮਹਾ ਜੀ ਮਹਾ ਮੈਂ ਤਾਂ ਗਿਆ ਹਾਂ ਜੀ ਲਿਮਿਟ ਵਾਲੇ ਲਵੇ ਕਿਸੇ ਲਵੇ ਕਹਿੰਦਾ ਸ਼ਨੀਵਾਰ ਅੱਜ ਕਹਿੰਦਾ ਛੁੱਟੀ ਹੈ ਮਹਾਂ ਫਿਰ ਉਹ ਸੀਗਾ ਜੀ ਮਾਂ ਬੰਦੇ ਨੇ ਕਿਹਾ ਸੀ ਵੀ ਉਦੋਂ ਬਾਅਦ ਮੈਨੂੰ ਕੰਮ ਹੈ ਵੀ ਅੱਜ ਲੈ ਜਾ ਕਾਗਜ਼ ਜੇ ਲੈਣੇ ਕਰਦੇ ਤਾਂ ਬਈ ਥੋੜਾ ਬਹੁਤਾ ਤਾਂ ਕਰਨਾ ਹੀ ਪੈਂਦਾ ਚੱਲ ਮੈਨੇਜਰਾਂ ਨੂੰ ਵੀ ਪਤਾ ਹੁੰਦਾ ਵੀ ਇਸੇ ਹਾਲਤ 'ਚ ਲੰਘੇ ਅੱਛਾ ਮੈਨੇਜਰ ਨੂੰ ਕਿਵੇਂ ਪਤਾ ਲੱਗਿਆ ਵੀ ਇਹ ਕੰਮ ਕਰਦਾ ਫਿਰਦਾ ਤੂੰ ਕਰੀ ਜਾਣਾ ਬੈਂਕ 'ਚ ਨੌਕਰੀ ਤੇ ਵੀ ਨਾਲ ਨਾਲ ਕਰੀ ਜਾਣਾ ਉਹ ਤਾਂ ਘੱਟ ਹੀ ਕਰਦੇ ਸੀ ਕੰਮ ਉਹ ਤਾਂ ਕਦੇ ਕਦੇ ਜਦੋਂ ਹੁੰਦਾ ਹਨਾ ਉਦੋਂ ਬਸ ਐਂ ਬਈ ਕਹਿ ਕੇ ਜਾਣਾ ਪੈਂਦਾ ਸੀਗਾ ਕੋਈ ਨਾ ਕੋਈ ਦੱਸ ਹੀ ਦਿੰਦਾ ਯਾਰ ਕਿ ਜੇ ਆਪਾਂ ਕਿਸੇ ਨੇੜੇ ਦੇ ਬੰਦੇ ਲਈ ਵੀ ਗੱਲ ਕਰਦੇ ਹਾਂ ਥੋੜਾ ਥੋੜਾ ਅੱਗੇ ਦੀ ਅੱਗੇ ਗੱਲ ਵਗ ਜਾਂਦੀ ਹੈ ਅੱਛਾ ਫਿਰ ਉਹਨੂੰ ਪਤਾ ਲੱਗਿਆ ਉਹਨੇ ਆਖਿਆ ਕਰੇ ਤੁਹਾਨੂੰ ਮੈਨੇਜਰ ਨੇ ਖੜਾ ਕੇ ਵੀ ਇਹ ਕੀ ਕੰਮ ਕਰੀ ਇਹਨਾਂ ਨੂੰ ਹਾਂ ਬੂੰ ਡਰਾਉਂਦੇ ਰਹਿੰਦੇ ਸੀਗੇ ਵੀ ਐਂ ਜੇ ਉੱਤੇ ਪਤਾ ਲੱਗ ਗਿਆ ਐਂ ਕਰ ਦੇਣਗੇ ਆਪਾਂ ਨਾਲ ਕੋਈ ਕੰਮ ਕਰ ਨਹੀਂ ਸਕਦੇ ਐਂ ਨਹੀਂ ਕਰ ਸਕਦੇ ਫਿਰ ਤੁਸੀਂ ਪਰਵਾਹ ਨਹੀਂ ਕਰੀ ਆਪਾਂ ਪਰਵਾਹ ਵਾਲੇ ਕਿੱਥੇ ਹਾਂ ਬਈ ਆਪਾਂ ਆਪਦਾ ਫੋਕਸ ਰੱਖਿਆ ਏਮ ਤੇ ਮਾਂ ਬਈ ਆਪਾਂ ਦਾ ਹੀ ਕਰਾਂਗੇ ਅੱਛਾ ਫਿਰ ਉਹ ਬੱਗੜ ਵਾਲਾ ਕਿਵੇਂ ਕਰੈਕਟਰ ਚੱਕਿਆ ਬੱਗੜ ਵਾਲਾ ਮੈਨੂੰ ਇੰਦਰ ਨੇ ਕਿਹਾ ਕਹਿੰਦਾ ਐਂ ਕਰਕੇ ਇਹਦੇ ਵਿੱਚ ਕਹਿੰਦਾ ਵੀ ਜੱਸੀ ਦਾ ਕਰੈਕਟਰ ਚੱਲ ਰਿਹਾ ਵੀ ਉਹ ਸਤਸੰਗ ਤੇ ਜਾਂਦੀਆਂ ਨੇ ਐਵੇਂ ਕਿਸੇ ਬਾਬੇ ਦੀ ਤੇ ਵੀ ਉਹਦੇ ਘਰ ਵਾਲੇ ਦਾ ਕਰੈਕਟਰ ਪਾਉਣਾ ਫਿਰ ਮੈਂ ਉਹਨੂੰ ਕਿਹਾ ਮੈਂ ਵੀ ਮੈਂ ਦਿਮਾਗ 'ਚ ਸੋਚਿਆ ਸਾਡੇ ਪਿੰਡ ਦਾ ਬੰਦਾ ਜਿਹੜਾ ਬਾਂਹ ਫੜਨ ਵਾਲਾ ਮੇਰਾ ਜ਼ਿਆਦੇ ਲੋਕ ਕਹਿੰਦੇ ਨੇ ਪਿਆਰ ਕਰਦੇ ਨੇ ਵੀ ਇਹ ਕਿਵੇਂ ਫੜਦਾ ਤੂੰ ਵਧੀਆ ਲੱਗਦੀ ਹੈ ਉਹ ਸਾਡੇ ਪਿੰਡ ਬੰਦਾ ਹੁੰਦਾ ਸੀਗਾ ਐਵੇਂ ਬਾਂਹ ਫੜਦਾ ਸੀ ਉਹ ਬਸ ਐਂ ਐਂ ਨਾਲੀ ਜੀ 'ਤੇ ਤੁਰਿਆ ਜਾਂਦਾ ਹੁੰਦਾ ਸਾਈਡ ਸਾਈਡ ਜੀ 'ਤੇ ਪਰਨਾ ਬੰਨਿਆ ਹੁੰਦਾ ਕਦੇ ਖੋਲ ਲੈਂਦਾ ਕਦੇ ਬੰਨ ਲੈਂਦਾ ਅਤੇ ਉਹਨੂੰ ਦੇਖ ਕੇ ਮੈਂ ਕਿਹਾ ਯਾਰ ਵੀ ਉਹਦੇ ਵਾਲਾ ਕਰਦੇ ਹਾਂ ਕਿਉਂ ਇਹਦੇ ਵਿੱਚ ਖੁੱਲ੍ਹੇ ਜਿਹੇ ਕੱਪੜੇ ਪਾ ਕੇ ਲੱਗਦਾ ਵੀ ਮੈਂ ਉਮੀ ਸੀਗਾ ਅਤੇ ਫਿਰ ਮੈਂ ਉਹਦੀ ਕਾਪੀ ਕਰਤੀ ਬਾਕੀ ਆਈ ਡੀ ਤਾਂ ਡੇਲੀ ਆਉਂਦੀ ਰਹਿੰਦੇ ਨੇ ਆਪਾਂ ਪਿੰਡਾਂ 'ਚ ਆਮ ਹੀ ਦੇਖ ਅੱਛਾ ਤੁਹਾਡੇ ਪਿੰਡ ਦਾ ਬੰਦਾ ਸੀ ਉਹ ਜਿਹਨੇ ਕਾਪੀ ਕਰੀ ਹਾਂ ਹਾਂ ਬਾਈ ਉਹ ਹੈਗਾ ਹੁਣ ਨਾ ਉਹ ਹੈ ਨਹੀਂ ਡੈਥ ਹੋ ਗਈ ਅੱਛਾ ਪਿੰਡ ਵਾਲੇ ਨਹੀਂ ਕਹਿੰਦੇ ਵੀ ਤਾਂ ਉਹਦੇ ਵਰਗੀਆਂ ਹਰਕਤਾਂ ਕਰਦਾ ਤੂੰ ਨਾ ਐਂ ਆਪਾਂ ਨੇ ਕਦੇ ਉਹ ਨਹੀਂ ਹੋਣ ਦਿੱਤਾ ਅੱਛਾ ਫਿਰ ਘਰਦਿਆਂ ਨੇ ਨਹੀਂ ਆਖਿਆ ਹੈਗਾ ਵੀ ਇਹ ਕਿਹੜੇ ਕੰਮ 'ਚ ਪੈ ਗਿਆ ਵਧੀਆ ਬੈਂਕ ਦੀ ਨੌਕਰੀ ਹੁੰਦੀ ਆ ਵਧੀਆ ਵਾਈਟ ਕਲਰ ਜੋਬ ਹੁੰਦੀ ਆ ਬਈ ਮੈਂ ਤੁਹਾਨੂੰ ਇਹੀ ਚੀਜ਼ ਦੱਸਦਾ ਆਪਣੇ ਜਿੰਨੇ ਵੀ ਕੋਈ ਪੰਜਾਬੀ ਸਿੰਗਰ ਆ ਹਨ ਕੋਈ ਐਕਟਰ ਹੈ ਜਦੋਂ ਵੀ ਮਾੜਾ ਜਿਹਾ ਚੱਲ ਪੈਂਦੇ ਨੇ ਹਨਾ ਇਹਨਾਂ ਦੀ ਪਹਿਲੀ ਗੱਲ ਇਹੀ ਹੁੰਦੀ ਹੈ ਇਹਨਾਂ ਨੇ ਘਰਦਿਆਂ ਨੂੰ ਕਦੇ ਚੰਗਾ ਨਹੀਂ ਕਹਿਣਾ ਹੁੰਦਾ ਇਹਨਾਂ ਦੀ ਪਹਿਲੀ ਗੱਲ ਇਹੀ ਹੁੰਦੀ ਹੈ ਵੀ ਮੈਂ ਤਾਂ ਜੀ ਬਹੁਤ ਗਰੀਬ ਸੀਗਾ ਮਤਲਬ ਚੜ੍ਹਦੀ ਕਲਾ ਵਾਲੀ ਕੋਈ ਗੱਲ ਨਹੀਂ ਕਰਦੇ ਹੈਂ ਇਹ ਤਾਂ ਇਹੀ ਕਹਿਣਗੇ ਮੈਂ ਤਾਂ ਫੁੱਟਪਾਥ 'ਤੇ ਪੈਂਦਾ ਸੀ ਘਰਦੇ ਬਈ ਆਪਾਂ ਨੂੰ ਕੋਈ ਕਮੀ ਨਹੀਂ ਰਹਿਣ ਦਿੰਦੇ ਹੁੰਦੇ ਗਰੀਬੀ ਹਰੇਕ ਦੇ ਹੁੰਦੀ ਹੈ ਸਾਡੇ ਵੀ ਮਾੜਾ ਟਾਈਮ ਦੀਗਾ
ਪਰ ਉਹਨਾਂ ਭਾਰਾਂ ਦੀ ਸਾਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਉਹਨਾਂ ਨੇ ਮਾਂ ਪਿਓ ਨੇ। ਹਾਂ ਆਪਾਂ ਨੂੰ ਜਿਹੜੀ ਚੀਜ਼ ਮੰਗਦੇ ਹਨ ਆਪਣੇ ਆਹੀ ਵੱਡੀਆਂ ਗੱਲਾਂ ਹੁੰਦੀਆਂ ਨੇ, ਕੰਪਿਊਟਰ ਲੈਣਾ ਆਪਾਂ, ਸਾਈਕਲ ਲੈਣਾ, ਸਾਈਕਲ ਹੀ ਹਰੇਕ ਚੀਜ਼ ਮਿਲਦੀ ਤੀ ਬਈ, ਇਹ ਹਰੇਕ ਨੂੰ ਹੀ ਮਿਲਦੀ ਹੈ। ਕੈਮਰੇ 'ਤੇ ਕਹੀ ਜਾਣ ਵੀ ਘਰ ਦੇਣ, ਜਿੱਡਾ ਮਰਜ਼ੀ ਬੰਦੇ ਨੂੰ ਚਾਹੇ ਸੌਖਾ ਰੱਖਦੇ ਹੁਣ ਘਰ ਦੇ, ਕੈਮਰੇ 'ਤੇ ਕਹਿਣਗੇ ਮੈਂ ਜੀ ਜਦੋਂ ਇਹ ਕੰਮ ਕਰਨ ਲੱਗਿਆ ਜੀ, ਘਰਦੇ ਕਹਿੰਦੇ ਵੀ ਤਾਂ ਕੰਜਰ ਕੱਤਿਆਂ 'ਚ ਪੈ ਗਿਆ, ਰਿਸ਼ਤੇਦਾਰਾਂ ਨੇ ਗਾਲਾਂ ਕੱਢੀਆਂ ਵੀ ਐਂ ਕਰਿਆ ਵਾਹ ਕਰਿਆ, ਬਈ ਕਿਸੇ ਨੇ ਗਾਲਾਂ ਨਹੀਂ ਕੱਢੀਆਂ, ਆਪਦੇ ਲੱਛਣ ਵੀ ਮੈਟਰ ਕਰਦੇ ਹੁੰਦੇ ਨੇ, ਆਪਾਂ ਨੂੰ ਕਿਸੇ ਨੇ ਕੋਈ ਗਾਲ ਗੂਲ ਨਹੀਂ ਕੱਢੀ, ਨਾਲੇ ਬੈਂਕ ਦਾ ਕਰਦੇ ਸੀ ਨਾਲੇ ਇੱਧਰ ਕਰਦੇ ਸੀ, ਕਹਿੰਦੇ ਸੀ ਵੀ ਚੱਲ ਵਧੀਆ ਕਰੀ ਚੱਲ ਜਿਵੇਂ ਤੇਰਾ ਮਨ ਕਰਦੇ, ਚੰਗੇ ਮਾੜੇ ਦਾ ਪਤਾ ਨਾ, ਬਈ ਸਪੋਰਟ ਹੀ ਕੀਤੀ ਆਪਣੀ ਤਾਂ ਅੱਜ ਤੱਕ। ਆਹ ਹੁਣ ਵੀ ਮੈਂ ਬੈਂਕ ਛੱਡੀ ਹੈ ਥੋੜ੍ਹਾ ਟਾਈਮ ਹੋਇਆ ਗਾ, ਮੈਨੂੰ ਕਹਿੰਦੇ ਮੈਂ ਕਿਹਾ ਵੀ ਮੈਂ ਬੈਂਕ ਛੱਡਤੀ, ਕਹਿੰਦੇ ਠੀਕ ਹੈ, ਕਿਉਂਕਿ ਹੁਣ ਆਪਣਾ ਮੈਨੂੰ ਲੱਗਿਆ ਵੀ ਠੀਕ ਹੈ ਸਹੀ ਹੈ ਕੰਮ ਵੀ, ਲੋੜ ਨਹੀਂ ਹੈਗੀ ਨੌਕਰੀ ਦੀ। ਅੱਛਾ ਨੌਕਰੀ ਛੱਡਤੀ ਤੂੰ? ਹਾਂ ਨੌਕਰੀ ਛੱਡਤੀ। ਅੱਛਾ ਘਰਦਿਆਂ ਦੀ ਫੁੱਲ ਸਪੋਰਟ ਹੈ, ਕਹਿੰਦੇ ਵੀ ਕੋਈ ਚੱਕਰ ਨਹੀਂ। ਅੱਛਾ ਇਹ ਕੀ ਗੱਲਬਾਤ ਹੁੰਦੀ ਆ ਅਮਨ ਬਾਈ ਵੀ ਤੁਹਾਡੇ ਪਰਿਵਾਰ 'ਤੇ ਇਹ ਹਾਲਤ ਹੋ ਜਾਂਦੀ ਆ ਵੀ ਤੁਹਾਡੇ ਤਾਇਆ ਜੀ ਨੂੰ ਅਧਰੰਗ ਹੋ ਜਾਂਦਾ ਅਤੇ ਸਾਰੀ ਜ਼ਿੰਮੇਵਾਰੀ ਤੁਹਾਡੇ ਡੈਡੀ 'ਤੇ ਆ ਜਾਂਦੀ ਹੈ ਫਿਰ? ਇਹ ਬਾਈ 20-22 ਸਾਲ ਪਹਿਲਾਂ ਦੀ ਗੱਲ ਹੈ, ਮੇਰੇ ਡੈਡੀ ਦਾ ਟੇਲਰ ਦਾ ਕੰਮ ਕਰਦੇ ਸੀ ਅਤੇ ਮੇਰੇ ਤਾਇਆ ਜੀ ਕੈਟਰਿੰਗ ਦਾ, ਉਹ ਅਸੀਂ ਕਿਤੇ ਕੰਮ 'ਤੇ ਗਏ ਹੋਏ ਸੀ ਮੇਰੇ ਤਾਇਆ ਜੀ, ਉੱਥੋਂ ਬਸ ਉਹਨਾਂ ਨੂੰ ਅਧਰੰਗ ਹੋ ਗਿਆ ਅਤੇ ਉਹਨਾਂ ਨੂੰ ਚੱਕ ਹੀ ਲਿਆਂਦਾ ਬਸ, ਉਦੋਂ ਬਾਅਦ ਉਹਨਾਂ ਦੇ ਇਲਾਜ ਇਲੂਜ 'ਤੇ ਵੀ ਵਾਧੂ ਪੈਸਾ ਲੱਗਿਆ ਹੈ ਨਾ, ਪੈਸਾ ਖਰਾਬ ਹੀ ਜਿੰਨੀ ਬੱਚਤ ਹੁੰਦੀ ਸੀ ਜੋ ਵੀ ਫਸਲ ਵਗੈਰਾ ਹੁੰਦੀ ਸੀ ਉਹ ਅਸੀਂ ਲੰਘ ਜਾਂਦੀ ਸੀ ਸਾਰੀ। ਅਤੇ ਬਾਕੀ ਅਸੀਂ ਸਾਰੇ 5 ਭੈਣ ਭਾਈ ਹਾਂ ਅਸੀਂ, 2 ਤਾਂ ਅਸੀਂ ਭੈਣ ਭਾਈ ਅਤੇ 3 ਮੇਰੇ ਤਾਏ ਦੇ ਮੁੰਡੇ, 5 ਅਸੀਂ ਪ੍ਰਾਈਵੇਟ ਸਕੂਲ 'ਚ ਪੜ੍ਹਾਇਆ ਮੇਰੇ ਡੈਡੀ ਨੇ। ਕਿਉਂ ਤਾਇਆ ਜੀ ਕੰਮ ਨਹੀਂ ਕਰ ਸਕਦੇ? ਤਾਇਆ ਜੀ ਤਾਂ ਮੰਜੇ 'ਚ ਬੈਠ ਗਏ। ਅੱਛਾ ਜ਼ਮੀਨ ਕਿੰਨੀ ਕੁ ਸੀ ਆਪਣੇ ਕੋਲ? ਜ਼ਮੀਨ 4 ਕਿੱਲੇ ਬਾਈ, 2-2 ਕਿੱਲੇ ਆਉਂਦੇ ਸੀ ਦੋਵਾਂ ਮੇਰੇ ਡੈਡੀ ਹੋਰਾਂ ਨੂੰ। ਅੱਛਾ ਅਤੇ ਨਾਲ ਐਵੇਂ ਕਹਿੰਦਾ ਮੇਰੀ ਮੰਮੀ ਹੋਰਾਂ ਨੇ ਵੀ ਬੰਦਿਆਂ ਵਾਂਗੂ ਕੰਮ ਕਰਿਆ, ਨਾਲ ਜਦੋਂ ਕਣਕ ਵੱਢਦੇ ਹਨ ਹੱਥੀਂ ਵੱਢਦੇ ਨਾਲ ਵਢਾਉਂਦੀਆਂ ਮੇਰੀ ਮੰਮੀ ਹੋਰੀਆਂ, ਤਾਈ ਵੀ ਮੇਰੀ। ਫਿਰ ਜੇ ਮੇਰੀ ਮੰਮੀ ਨੇ ਮੇਰੀ ਨੇ ਬਹੁਤ ਮਿਹਨਤ ਕਰੀ ਆ ਬਈ, ਹੈ ਨਾ ਸਿਲਾਈ ਸੈਂਟਰ ਲਾਉਣਾ ਉਹਨੇ, ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਉਹਨੇ ਕੰਮ ਸਿਖਾ ਦੀਆਂ ਹਨ ਸੌਵਾਂ ਦੇ ਹਿਸਾਬ ਨਾਲ, ਘਰੇ ਸਾਡੇ ਸਿਲਾਈ ਸੈਂਟਰ ਲਾ ਲੈਣਾ, ਕਦੇ ਨੇੜੇ ਦੇ ਕਿਸੇ ਪਿੰਡ 'ਚ ਸਿਖਾ ਕੇ ਆਉਣਾ ਉਹਨੇ, ਸੂਟ ਸਾਟ ਸਿਆਉਣੇ ਹਨ, ਅਤੇ ਘਰ ਦਾ ਕੰਮ ਮੇਰੀ ਤਾਈ ਕਰੀ ਜਾਂਦੀ। ਅੱਛਾ ਕਦੇ ਤੁਹਾਡੀ ਮੰਮੀ ਅਤੇ ਤੁਹਾਡੀ ਤਾਈ 'ਚ ਵਿਤਕਰਾ ਨਹੀਂ ਹੋਇਆ ਹੈਗਾ ਵੀ ਸਾਰਾ ਖਰਚਾ ਸਾਡੇ 'ਤੇ ਆ ਰਿਹਾ, ਸਾਰੀ ਜ਼ਿੰਮੇਵਾਰੀ ਸਾਡੇ 'ਤੇ ਆ ਗਈ? ਨਹੀਂ, ਅੱਜ ਕੱਲ੍ਹ ਦੀਆਂ ਜਨਾਨੀਆਂ ਕਰਦੀਆਂ ਨੇ। ਨਾ ਬਾਈ, ਅੱਜ ਦਾ ਅਤੇ ਉਹ ਟਾਈਮ ਦਾ ਤਾਂ ਬਹੁਤ ਫਰਕ ਹੈ, ਕਦੇ ਨਹੀਂ ਫਰਕ ਆਇਆ ਹੈਗਾ। ਤਾਈ ਮੇਰੀ ਘਰ ਦੇ ਕੰਮ ਕਰਦੀ ਤੀ ਸਾਰੇ, ਅਤੇ ਮੇਰੀ ਮੰਮੀ ਸਿਲਾਈ ਸੈਂਟਰ ਦਾ ਕਰਦੀ ਅਤੇ ਕੱਪੜੇ ਸਿਉਂਦੀ ਲੋਕਾਂ ਦੇ, ਅਤੇ ਸਾਨੂੰ ਵਧੀਆ ਪਾਲੇ ਐਵੇਂ ਕਰੀਏ ਬਾਈ, ਇਕੱਲਾ ਸ਼ੌਂਕ ਸਾਡਾ ਪੂਰਾ ਕਰੇ। ਅੱਛਾ ਉਹ ਵਕਤ ਤੁਹਾਨੂੰ ਇਹ ਮਜ਼ਬੂਰੀਆਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਕਿਤੇ ਮਾੜੇ ਹਾਲਾਤਾਂ ਦਾ, ਜਾਂ ਤੁਹਾਨੂੰ ਕਦੇ ਕਿਸੇ ਚੀਜ਼ ਨੂੰ ਤਰਸਣਾ ਪਿਆ ਹੋਵੇ? ਕਦੇ ਵੀ ਨਹੀਂ ਬਾਈ, ਐਵੇਂ ਕਹਿੰਦਾ ਵਧੀਆ ਕੱਪੜੇ ਮਿਲਦੇ ਸੀ, ਅਸੀਂ ਸਕੂਲ 'ਚ ਜਿਹੜੇ 'ਚ ਪੜ੍ਹਦੇ ਸੀ ਪ੍ਰਾਈਵੇਟ 'ਚ, ਹੈ ਨਾ ਉੱਥੇ 15-20 ਕਿੱਲਿਆਂ ਦੇ ਜਵਾਕ ਵੀ ਪੜ੍ਹਦੇ ਸੀ, ਹੈ ਨਾ ਉਹਨਾਂ ਦੇ ਬਰਾਬਰ ਦੇ ਸਾਡੇ ਕੱਪੜਾ ਹੁੰਦਾ ਸੀਗਾ, ਉਵੇਂ ਦਾ ਅਸੀਂ ਖਾਂਦੇ ਪੀਂਦੇ ਪਹਿਨਦੇ ਸੀਗੇ, ਅਤੇ ਸਾਡੇ ਕੋਲ ਵੀ ਉਹੀ ਚੀਜ਼ਾਂ ਕੰਪਿਊਟਰ ਸਾਈਕਲੀਆਂ ਹੁੰਦੀਆਂ ਸੀ ਜੋ ਉਹਨਾਂ ਕੋਲ ਹੁੰਦੀਆਂ ਸੀ। ਤੁਹਾਡੇ ਤਾਇਆ ਜੀ ਦੇ ਬੱਚੇ ਪਾਲੇ ਸ਼ੁਰੂ ਤੋਂ ਲੈ ਕੇ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਡੇ ਡੈਡੀ ਨੇ? ਹਾਂ, ਉਦੋਂ ਬਾਅਦ ਮੇਰੇ ਤਾਏ ਦਾ ਵੱਡਾ ਮੁੰਡਾ ਸੀਗਾ ਜਿਹੜਾ, ਉਹ ਬਹੁਤ ਛੇਤੀ ਕੰਮ ਲੱਗ ਗਿਆ ਸੀਗਾ, ਛੋਟਾ ਹੁੰਦਾ ਹੀ ਲੱਗ ਗਿਆ ਸੀਗਾ ਉਹ, ਐਵੇਂ ਕਹਿੰਦਾ ਬਈ ਬਹੁਤ ਕਰਦੇ ਨੇ ਆਪਣਾ ਉਹ ਜਾਨ ਵਾਰਦੇ ਨੇ ਤਾਏ ਚਾਚਿਆਂ ਦੇ ਮੁੰਡੇ, ਜਿਹੜਾ ਬੰਦਾ ਨਾ ਜਿਹੜਾ ਕਹਿੰਦਾ ਵੀ ਸਾਡੇ ਸ਼ਰੀਕ ਹੁੰਦੇ ਨੇ ਵਗੈਰਾ ਵਗੈਰਾ, ਹੈ ਨਾ ਜੇ ਕਿਤੇ ਖੜਦੇ ਨੇ ਬਈ ਤਾਏ ਚਾਚਿਆਂ ਦੇ ਮੁੰਡੇ ਹੀ ਖੜਦੇ ਨੇ, ਆਪਦੇ ਘਰ ਦੀ ਖੜਦੇ ਹੁੰਦੇ ਨੇ। ਮੈਂ ਤਾਂ ਬਹੁਤ ਵਾਰੀ ਪਰਤਾਇਆ ਬਈ, ਪਰਤਾਇਆ ਕੀ ਆ, ਵੈਸੇ ਜਦੋਂ ਆਪਾਂ ਕਿਸੇ ਸੰਕਟ 'ਚ ਹੁੰਦੇ ਹਾਂ ਦੁਬਧਾ 'ਚ ਹੁੰਦੇ ਹਾਂ, ਹੈ ਨਾ ਤਾਂ ਤਾਏ ਚਾਚਿਆਂ ਦੇ ਮੁੰਡੇ ਹੀ ਖੜਦੇ ਹੁੰਦੇ ਨੇ। ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ, ਗੱਲ ਸੁਣਾਉਣਾ, ਮੇਰੇ ਡੈਡੀ ਨੂੰ ਨਾ ਅਟੈਕ ਆ ਗਿਆ ਬਈ 5-6 ਸਾਲ ਪਹਿਲਾਂ ਰਾਤ ਨੂੰ, ਅਤੇ ਮੈਂ ਚੰਡੀਗੜ੍ਹ ਗਿਆ ਹੋਇਆ
ਚੰਡੀਗੜ੍ਹੋਂ ਆ ਕੇ ਅਸੀਂ ਮੈਂ ਇੰਦਰ ਦੇ ਘਰੀ ਪੈ ਗਿਆ। ਉਹ ਕਹਿੰਦਾ ਚੱਲ ਉਰੀ ਰਹਿ ਜਾ, ਹਨੇਰਾ ਹੋ ਰਿਹਾ, ਕਿੱਥੇ ਜਾਏਗਾ। ਡੈਡੀ ਨੂੰ ਅਟੈਕ ਆ ਗਿਆ, ਮੈਨੂੰ ਸਵੇਰੇ ਦੱਸਿਆ 6-7 ਵਜੇ ਤੁਹਾਡੇ ਤਾਏ, ਮੇਰੀ ਮੰਮੀ ਦਾ ਫੋਨ ਆਇਆ, ਉਹ ਵੀ ਕਹਿੰਦੀ ਐਵੇਂ ਕਰਕੇ ਵੀ ਬਿਮਾਰ ਹੋ ਗਿਆ ਤੇਰਾ ਡੈਡੀ। ਅਤੇ ਮੇਰਾ ਮਨ ਜਿਹਾ ਹੋ ਗਿਆ, ਮੈਂ ਹੈਪੀ ਨੂੰ ਕਿਹਾ, ਮਹਾਂ ਬਾਈ ਤਾਂ ਮੈਨੂੰ ਰਾਤ ਹੀ ਕਿਉਂ ਨਹੀਂ ਦੱਸਿਆ, ਤਾਏ ਦੇ ਮੁੰਡੇ ਨੂੰ, ਵੱਡੇ ਨੂੰ। ਉਹਦੀ ਗੱਲ ਸੁਣ ਕੇ ਬਈ ਮੇਰਾ ਰੋਣ ਆ ਗਿਆ। ਮੈਨੂੰ ਕਹਿੰਦਾ ਬਈ ਮੈਨੂੰ ਐਂ ਦੀਗਾ ਵੀ ਤੂੰ ਚੰਡੀਗੜ੍ਹੋਂ ਆਇਆ ਹੈ ਨਾ, ਥੱਕਿਆ ਹੋਏਗਾ ਵੀ ਕਾਹਨੂੰ ਉਠਾਉਣਾ ਆ। ਇਹ ਪਿਆਰ ਹੁੰਦਾ ਚਾਚੇ ਤਾਇਆਂ ਦੇ ਮੁੰਡੇ ਨਾਲ, ਅਸੀਂ ਲੜਦੇ ਵੀ ਬਹੁਤ ਹਾਂ। ਇੱਕ ਦਿਨ ਬਈ ਉਹਨੇ ਮੇਰੇ ਲਾਈਆਂ, ਮੈਂ ਦੱਸਾਂ ਲੜਦੇ ਬਹੁਤ ਹਾਂ ਅਸੀਂ ਹੁਣ ਤੱਕ, ਉਹ ਵੀ ਵਿਆਹੇ ਹੋਏ ਨੇ ਅਤੇ ਲੜ ਪਏ ਅਸੀਂ। ਉਹ ਥੋੜ੍ਹਾ ਮੇਰੇ ਤੋਂ ਤਕੜਾ ਹੈਗਾ ਸਰੀਰ 'ਚ, ਜਾਣ 'ਚ ਦੇਹ ਵੱਡੀ ਆ ਉਹਦੀ, ਉਹਨੇ ਖੱਲਿਆ ਬਈ ਮੈਨੂੰ, ਮੈਂ ਵੀ ਲਾਈਆਂ ਥੋੜ੍ਹੀਆਂ ਵਧੀਆਂ ਤਾਂ, ਅਤੇ ਮੈਂ ਬਾਰੇ ਜਿਹਾ ਖੜ ਗਿਆ ਜਾ ਕੇ ਆਕੜ ਕੇ, ਮਹਾਂ ਮੈਨੂੰ ਨਾ ਬੁਲਾਈ ਹੋਏ। 10 ਮਿੰਟਾਂ ਬਾਅਦ ਉਹਨੇ ਮੈਨੂੰ ਬੋਲ ਮਾਰਤਾ, ਕਹਿੰਦਾ ਉਰਿਆ ਹੋਏ, ਮਹਾਂ ਕੀ ਹੈ, ਕਹਿੰਦਾ ਜਾ ਪਰੌਂਠੇ ਖਾ ਲਾ, ਕਹਿੰਦਾ ਬਣੀ ਜਾਂਦੇ, ਮਹਾਂ ਆ ਗਿਆ ਫਿਰ ਇਕੱਠੇ ਪੈ ਗਏ। ਉਹ ਸਾਡਾ ਇਹ ਨਹੀਂ ਹੈਗਾ, ਲੜਦੇ ਵੀ ਬਹੁਤ, ਅਸੀਂ ਡੇਲੀ ਲੜਦੇ ਹਾਂ। ਕਿੰਨੇ ਭੈਣ ਭਾਈ ਹੋ ਤੁਸੀਂ? 5 ਬਾਈ। ਅੱਛਾ। ਹਾਂ, ਮੇਰੇ ਛੋਟੀ ਭੈਣ ਇੱਕ, ਤੁਸੀਂ ਦੋ ਭੈਣ ਭਾਈ? ਹਾਂ, 3 ਤਾਏ ਦੇ ਮੁੰਡੇ ਨੇ। ਅੱਛਾ। ਬਹੁਤ ਕਰਦੇ ਨੇ ਬਈ, ਐਵੇਂ ਕਰੀਏ, ਮੈਥੋਂ ਤਾਂ ਉਨਾ ਮਤਲਬ ਕਿ ਕਰਿਆ ਵੀ ਨਹੀਂ ਜਾਣਾ ਜਿੰਨਾ ਉਹ ਕਰਦੇ ਨੇ। ਅੱਛਾ, ਇਹ ਸਹੁਰਿਆਂ ਨੇ ਆਖ ਨਹੀਂ ਹੈਗਾ ਵੀ ਪ੍ਰਾਹੁਣਾ ਰਿਸ਼ਤਾ ਇਹ ਦੇਖ ਕੇ ਹੋਇਆ ਵੀ ਬੈਂਕ 'ਚ ਮੁਲਾਜ਼ਮ ਲੱਗਿਆ ਹੋਇਆ ਅਤੇ ਵੀ ਇਹ ਕਿਹੜੇ ਕੰਮਾਂ 'ਚ ਆ ਗਿਆ? ਬਈ ਮੈਨੂੰ ਵੀ ਐਂ ਦੀਆ ਵੀ ਪਤਾ ਨਾ ਲੱਗ ਜੇ ਸਾਡੇ। ਹਾਂ, ਸਾਡੀ 2-3 ਕੁ ਮਹੀਨੇ ਬਸ ਗੱਲ ਜੀ ਚੱਲੀ ਆ, ਉਦੋਂ ਬਾਅਦ ਤਾਂ ਸ਼ਗਨ ਹੋ ਗਿਆ ਸੀਗਾ, ਮਹੀਨੇ ਕੁ ਬਾਅਦ ਹੀ ਵਿਆਹ ਸੀਗਾ ਅਤੇ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ। ਇੱਕ ਵਾਰੀ ਉਹਨਾਂ ਦਾ ਮੈਨੂੰ ਕਿਹਾ ਵੀ ਉਹਨਾਂ ਨੇ ਸਹੁਰਿਆਂ ਨੇ, ਹਾਂ ਕਹਿੰਦੇ ਵੀ ਫਿਲਮਾਂ ਦਾ ਤੁਸੀਂ ਕਰਦੇ ਹੋ। ਮੈਂ ਆਖਿਆ ਵੀ ਨਾ ਨਾ, ਮੈਂ ਤਾਂ ਪਹਿਲਾਂ ਕਰਦਾ ਦੀ, ਮੈਂ ਕਰਕੇ ਉੱਥੇ ਕਲਾਸਾਂ ਲਾਉਂਦੇ ਸੀ, ਮੈਂ ਉਹਨਾਂ ਕਰਕੇ ਕਰਦੇ ਸੀ, ਮੈਂ ਹੁਣ ਨਹੀਂ ਕਰਦੇ। ਚਲੋ ਕਹਿੰਦੇ ਵੀ ਕੋਈ ਗੱਲ ਨਹੀਂ। ਉਦੋਂ ਬਾਅਦ ਵਿਆਹ ਹੋ ਗਿਆ, ਉਦੋਂ ਬਾਅਦ ਤਾਂ ਹੁਣ ਤਾਂ ਪੁੱਛਦੇ ਰਹਿੰਦੇ ਨੇ ਵਿਚਾਰੇ ਜੇ ਵੀਡੀਓ ਕਦੇ ਲੇਟ ਹੋ ਜੇ ਵੀ ਵੀਡੀਓ ਕਦੋਂ ਨਹੀਂ ਆਈ, ਹੁਣ ਤਾਂ ਸਾਰੀ ਦੇਖਦੇ ਨੇ ਬਾਈ। ਅੱਛਾ, ਤੁਸੀਂ ਦੱਸ ਦਿਓ ਵੀ ਜਿਹੜੇ ਤੁਸੀਂ ਉਹ ਕੱਪੜੇ ਪਾਉਂਦੇ ਹੋ ਉਹਦੇ 'ਚ ਜਿਹੜਾ ਸਵੈਟਰ ਦੀ ਉਹ ਤੁਸੀਂ ਆਪਣੇ ਸਹੁਰੇ ਦਾ ਲਿਆ ਉਹ ਲੈ ਆਏ ਸੀ? ਆਹ ਵੀ ਮੇਰੇ ਸਹੁਰੇ ਸਾਹਿਬ ਦੀ ਨੇ ਬਾਈ ਆਹ ਕੱਪੜੇ, ਅਮਰੂ ਵਾਲਾ ਵੀ। ਹਾਂ। ਅੱਛਾ। ਹਾਂ, ਅਤੇ ਉਹ ਕੁੜਤੇ ਪਜਾਮੇ ਪਾਉਂਦੇ ਨੇਗੇ। ਕੌਣ? ਮੇਰੇ ਸਹੁਰਾ ਸਾਹਿਬ। ਅਤੇ ਮੈਂ ਇੱਕ ਦਿਨ ਗਿਆ ਉਹਨਾਂ ਕੋਲ, ਮੈਂ ਪੁੱਛਿਆ ਮੇਰੀ ਵਾਈਫ ਨੂੰ, ਮੈਂ ਵੀ ਐਂ ਕਰਕੇ ਵੀ ਕੁੜਤੇ ਪਜਾਮੇ ਚਾਹੀਦੇ ਨੇ ਮੈਨੂੰ ਵੀ ਪੁਰਾਣੇ, ਅਤੇ ਮੈਂ ਗਿਆ ਸੋਰੀ, ਮੈਂ ਕਿਹਾ ਵੀ ਕੁੜਤੇ ਪਜਾਮੇ ਤੁਹਾਡੇ ਦੇ ਦਿਓ ਮੈਨੂੰ 2-3 ਪੁਰਾਣੇ ਜਿਹੜੇ ਤੁਸੀਂ ਨਹੀਂ ਪਾਉਂਦੇ ਹੈ ਨਾ। ਸਾਰਿਆਂ ਨੂੰ ਕਹਿਤਾ? ਹਾਂ। ਅਤੇ ਉਹ ਕਹਿੰਦੇ ਵੀ ਵੀ ਪੁਰਾਣੇ ਕਾਹਤੋਂ ਮੰਗ ਕੀ ਜਾਂਦਾ ਪੁਰਾਣਾ, ਮੇਰੀ ਵਾਈਫ ਨੂੰ ਕਹਿੰਦੇ ਵੀ ਆਪਾਂ ਨਵੇਂ ਦਿੰਦੇ ਹਾਂ ਸਮੇਂ ਆ ਕੇ ਵੀ ਐਂ ਪੁਰਾਣੇ ਦੇਵਾਂਗੇ ਵੀ ਚੰਗਾ ਲੱਗਦਾ। ਮੈਂ ਕਿਹਾ ਵੀ ਪੁਰਾਣੇ ਹੀ ਚਾਹੀਦੇ ਨੇ, ਮਹਾਂ ਜੀ ਨਵੇਂ ਨਹੀਂ ਚਾਹੀਦੇ। ਫਿਰ ਮੈਂ ਉੱਥੋਂ ਆਹ ਲੈ ਆਉਣਾ ਹੁਣ। ਅੱਛਾ, ਉਹ ਸਵੈਟਰ ਵੀ ਉਹਦਾ ਲਿਆਂਦਾ ਹੈ? ਸਵੈਟਰ, ਹਾਂ ਸਵੈਟਰ ਵੀ ਉਹਨਾਂ ਦੇ ਸੀ, ਬਹੁਤ ਪੁਰਾਣਾ ਸੀ ਉਹਦਾ। ਅੱਛਾ, ਉਹਨਾਂ ਦਾ। ਅੱਛਾ, ਹੋਰ ਕੋਈ ਗੱਲਬਾਤ? ਹੋਰ ਤਾਂ ਬਾਈ ਬਸ ਚੱਲੀ ਜਾਂਦਾ ਵਧੀਆ ਯਾਰ, ਹੈ ਨਾ, ਦਿਨ ਟੱਪੀ ਜਾਂਦੇ ਨੇਗੇ ਹੱਸ ਖੇਡ ਕੇ। ਇੱਕ ਤੁਹਾਨੂੰ ਮੈਂ ਬਚਪਨ ਦੀ ਗੱਲ ਸੁਣਾਉਣਾ ਮੇਰੀ। 5ਵੀਂ 6ਵੀਂ ਕਿ ਜੋ ਹੋਵਾਂਗੇ ਅਸੀਂ, ਸਾਨੂੰ ਕਿਸੇ ਨੇ ਕੀ ਵਹਿਮ ਪਾਤਾ, ਘਰੋਂ ਅਸੀਂ ਸੁਣ ਲਿਆ ਫਿੱਟਰ ਜਿਹੜੇ ਜਿਹੜੇ ਆਉਂਦੇ ਹੁੰਦੇ ਸਬਜ਼ੀ ਵੇਚਣ ਨਹੀਂ ਆਉਂਦੇ ਹੁੰਦੇ, ਉਹਨਾਂ ਨਾਲ ਵੀ ਖਾਣ ਵਾਲੀਆਂ ਚੀਜ਼ਾਂ ਵੀ ਅੰਗੂਰ ਕੇਲੇ ਕੂਲੇ ਹੁੰਦੇ ਨੇਗੇ, ਅਤੇ ਅਸੀਂ ਨੇ ਘਰੋਂ ਸੁਣ ਲਿਆ ਬੁੜੀਆਂ ਨੇ ਅੰਗੂਰ ਲਏ ਹੋਣੇ, ਅਸੀਂ ਖਾਈ ਜਾਈਏ। ਉਹਨਾਂ ਨੂੰ ਉਹ ਕਹੀ ਜਾਣ, ਕਹਿੰਦੇ ਵੀ ਬਾਗ 'ਚੋਂ ਬਹੁਤ ਸਸਤੇ ਮਿਲਦੇ ਨੇ ਅੰਗੂਰ, ਵੀ ਜਿੱਥੋਂ ਇਹ ਲਿਆਉਂਦੇ ਨੇ, ਬੁੜੀਆਂ ਕਹਿੰਦੀਆਂ ਨਹੀਂ ਹੁੰਦੀਆਂ ਵੀ ਉਰੇ ਆਪਣੇ ਉਹ ਸਿੰਗੀ ਲਾ ਜਾਂਦੇ ਨੇ ਇਹ, ਅਤੇ ਬਾਗ ਵੀ ਸਾਡੇ ਨੇੜੇ ਪਿੰਡ ਆ ਫਤਿਹਗੜ੍ਹ ਆਪਣੇ, ਉੱਥੇ ਬਾਗ ਦੀ ਆ। ਮੈਂ ਤਾਂ ਹੁਸ਼ਿਆਰ ਸਮਝਦੇ ਦੀ ਆਪਦੇ ਆਪ ਨੂੰ, ਮੈਂ ਸਾਡੇ ਗੁਆਂਢੀਆਂ ਦਾ ਮੁੰਡਾ ਹੁੰਦਾ, ਉਹਨੂੰ ਮੈਂ ਨਾ ਰਾਏ ਜੀ ਕਰੀ, ਮਹਾਂ ਯਾਰ ਐਂ ਕਹਿੰਦੇ ਨੇ ਵੀ ਉੱਥੋਂ ਅੰਗੂਰ ਬਹੁਤ ਸਸਤੇ ਮਿਲਦੇ ਨੇ ਬਾਗ 'ਚੋਂ, ਅਤੇ ਉਹ ਕਹਿੰਦਾ ਵੀ ਹਾਂ ਯਾਰ, ਕਹਿੰਦਾ ਮਿਲਦੇ ਨੇ, ਕਹਿੰਦਾ ਮੈਂ ਵੀ ਸੁਣਿਆ ਹੈਗਾ। ਮੈਂ ਕਿਹਾ ਯਾਰ ਆਪਾਂ ਬਾਗ ਚੱਲਦੇ ਹਾਂ।
ਲੈਣੇ ਨਾਲੇ ਅਸੀਂ ਕਿਲੋ ਮਸਾਂ ਲੈਣੇ ਹੋਣੇ, ਅਸੀਂ ਕਿਹੜਾ ਛੋਟਾ ਹੱਥੀ ਭਰ ਕੇ ਲਿਆਉਣਾ ਸੀਗਾ ਵੀ ਤੁਸੀਂ ਉਹੀ ਲੈ ਲਓ ਜਿਹੜੇ 20 ਰੁਪਈਆਂ ਦੇ ਲੈਣੇ ਨੇ। ਅਸੀਂ ਮੈਨੂੰ ਲੱਗਦਾ 20 ਪਤਾ ਨਹੀਂ 25 ਰੁਪਏ ਇਕੱਠੇ ਕਰੇ ਦੋਵਾਂ ਨੇ, ਸਾਈਕਲ 'ਤੇ ਵੱਗ ਗਏ ਬਈ। ਹਜ਼ਰਦ ਜੀ ਪਹੁੰਚੇ ਸੀ, ਉਹਨੇ ਕੀ ਕਰਿਆ ਮੇਰੇ ਨਾਲ ਦੇ ਨੇ ਸਾਈਕਲ ਦੋਵਾਂ ਨੂੰ ਹੀ ਘੱਟ ਆਉਂਦਾ ਸੀਗਾ, ਕੋਈ ਬੰਦਾ ਆਲਟੋ ਜਾਵੇ ਫੈਮਿਲੀ ਸਮੇਤ ਦਾ, ਉਹਦੇ ਮੂਹਰੇ ਕਰਤਾ ਸਾਈਕਲ, ਮੂਹਰੇ ਕਰਤਾ ਅਤੇ ਸਾਈਕਲ ਤੋਂ ਅਸੀਂ ਵੀ ਡਿੱਗ ਪਏ। ਉਹਨੇ ਵੀ ਬ੍ਰੇਕ ਮਾਰਦਾ ਮਾਰਦਾ ਵਿਚਾਰਾ ਖਾਸੀ ਦੂਰ ਆ ਗਿਆ, ਅਤੇ ਮੈਂ ਵੀ ਬਈ ਘਬਰਾ ਆ ਗਿਆ, ਮੈਂ ਹਾਲੇ ਵੀ ਗਲਤ ਹੋ ਗਿਆ ਕੰਮ। ਉਹ ਆਇਆ, ਉਹ ਵੀ ਕੱਬਾ ਦੀ ਮੂਹਰੋਂ ਪਤਾ ਨਹੀਂ ਕਿਹੜਾ ਦੀ ਪਤੰਦਰ ਆ ਕੇ ਉਹਨੇ ਤਾਂ ਮੇਰੀ ਬਾਂਹ ਭਰ ਕੇ ਗੀਚੀ 'ਚ ਤਿੰਨ ਚਾਰ ਮਾਰੇ ਬਈ। ਮੈਨੂੰ ਕਹਿੰਦਾ ਅੰਨੇ ਹੋਏ ਹੋਏ ਸਾਲੇ, ਉਹ ਕਹਿੰਦਾ ਮਹਾਂ ਯਾਰ ਉਹਨੂੰ ਕਿਹਾ ਮਹਾਂ ਬਾਈ ਫਿਰ ਕੀ ਹੋ ਗਿਆ ਯਾਰ, ਮਹਾਂ ਸੱਟ ਤਾਂ ਸਾਡੀ ਵੀ ਵਜੀ ਹੈ। ਕਹਿੰਦਾ ਸਾਲੇ ਬਣੇ ਸੱਟ ਦੇ, ਫਿਰ ਤਾਂ ਸਾਰਾ ਪਰਿਵਾਰ ਮਰਵਾਤਾ ਸੀ, ਕਹਿੰਦਾ ਖਤਾਨਾ ਚਲੇ ਗਈ ਤੀ ਗੱਡੀ। ਮਹਾਂ ਚੱਲ ਬਈ ਗਲਤੀ ਹੋ ਗਈ ਯਾਰ, ਮੈਂ ਕਹਿੰਦਾ ਆਲੇ ਦੁਆਲੇ ਦੇਖਿਆ ਮਹਾਂ ਪਤਾ ਤਾਂ ਨਹੀਂ ਲੱਗਿਆ ਕਿਸੇ ਨੂੰ। ਉਦੋਂ ਬਾਅਦ ਉੱਠ ਕੇ ਉਹ ਤਾਂ ਵੱਗ ਗਿਆ ਗਾਲਾਂ ਗੁਲਾਂ ਜੀਆਂ ਕੱਢਦਾ, ਵਧੀਆ ਗੱਡੀਆਂ ਉਹਨੇ ਗਾਲਾਂ। ਅਤੇ ਉਦੋਂ ਬਾਅਦ ਬਈ ਮੈਂ ਦੇਖਿਆ ਮਹਾਂ ਯਾਰ ਉਹ ਕਿੱਥੇ ਹੈਗਾ ਜਿਹੜਾ ਨਾਲ ਦੀ ਮੈਂ ਆਲੇ ਦੁਆਲੇ ਖੇਤਾਂ ਜਾਂ 'ਚ ਮਰੀ ਨੀਗਾ ਹੈ ਨਾ ਬਈ, ਪੈਟਰੋਲ ਪੰਪ ਦੇ ਮੈਂ ਮਗਰਲੀ ਸਾਈਡ ਗਿਆ, ਖਾਲ ਚ ਲੰਬਾ ਪਿਆ ਵੀ ਦੇਖਣਾ ਜਾਵਾਂ। ਮਹਾਂ ਉੱਠ ਜਾ ਬਾਪੂ, ਜੇ ਤੂੰ ਉੱਤੇ ਹੁੰਦਾ ਮੈਂ ਲਵੇ ਆਪਾਂ ਨੂੰ ਅੱਧੋ ਅੱਧਾ ਆ ਜਾਂਦੀਆਂ। ਮੈਂ ਇਕੱਲੇ ਨੇ ਖਾਧੀਆਂ ਨੇ, ਸਾਈਕਲ ਛੱਡ ਕੇ ਭੱਜ ਗਿਆ। ਮੈਨੂੰ ਕਹਿੰਦਾ ਚੱਲ ਕੋਈ ਨਾ, ਜਿਹੜਾ ਹੋ ਗਿਆ ਅੰਗੂਰ ਲਿਆਉਣਾ। ਮਹਾਂ ਮਿਲ ਗਏ ਅੰਗੂਰ ਤਾਂ ਪਿੰਡ ਨੂੰ ਹੀ ਪਾ ਲਾ ਬੈਕ। ਅੱਛਾ ਹੋਰ ਜਿਵੇਂ ਅੱਜ ਕੱਲ੍ਹ ਉਹ ਘਰ ਵਾਲੀ ਲੜਦੀ ਤਾਂ ਨਹੀਂ ਹੈਗੀ ਤੁਹਾਡੀ ਵੀ ਤੂੰ ਕੁੜੀਆਂ ਨਾਲ ਤੁਰਿਆ ਫਿਰਦਾ, ਉੱਥੇ ਫਿਲਮਾਂ 'ਚ ਕੁੜੀਆਂ ਆਉਂਦੀਆਂ ਨੇ, ਉੱਥੇ ਜਨਾਨੀਆਂ ਆਉਂਦੀਆਂ ਨੇ। ਇਹ ਬਹੁਤ ਦੇ ਘਰਾਂ ਦੇ ਬਈ, ਲੋਕਾਂ ਦੇ ਘਰਾਂ 'ਚ ਹੈ ਨਾ, ਜਿਹੜੇ ਆਰਟਿਸਟ ਨੇ ਐਕਟਰ ਦੇ ਮੁੰਡੇ, ਬਹੁਤ ਉਹਨਾਂ ਦੇ ਘਰਾਂ 'ਚ ਲੜਾਈਆਂ ਰਹਿੰਦੀਆਂ ਨੇ, ਆਪਾਂ ਸੁਣਦੇ ਰਹਿੰਦੇ ਹਾਂਗੇ। ਇਹਨਾਂ ਨੂੰ ਵੀ ਕਹਿੰਦੇ ਰਹਿੰਦੇ ਨੇ ਕੁੜੀਆਂ ਨਾਲ ਦੀਆਂ ਵਿਆਹ ਕਰਕੇ ਵੀ ਤੁਹਾਨੂੰ ਗੁੱਸਾ ਨਹੀਂ ਆਉਂਦਾ ਜਦੋਂ ਕੁੜੀਆਂ ਨਾਲ ਰੀਲਾਂ ਰੂਲਾਂ ਪਾਉਂਦੇ ਨੇ ਜਾਂ ਫਿਲਮਾਂ ਬਣਾਉਂਦੇ ਨੇ, ਹੈ ਨਾ। ਅਤੇ ਮੈਨੂੰ ਵੀ ਦੋਸਤ ਪੁੱਛਦੇ ਰਹਿੰਦੇ ਨੇ ਵੀ ਤੇਰੀ ਵਾਈਫ ਨਹੀਂ ਗੁੱਸਾ ਕਰਦੀ, ਬਾਈ ਜਮੀ ਨਹੀਂ ਕਰਦੀ ਗੁੱਸਾ, ਉਹਨੂੰ ਪਤਾ ਵੀ ਇਹਦਾ ਕੰਮ ਆ, ਹੈ ਨਾ, ਇਹਦੀ ਜੋਬ ਆ ਇਹ, ਅਤੇ ਇਹਦਾ ਕਿੱਤਾ ਹੈਗਾ ਵੀ ਕੋਈ ਗੱਲ ਨਹੀਂ ਕਰੀ ਆਉਂਦੇ, ਯਕੀਨ ਦੇ ਸਿਰ 'ਤੇ ਹੁੰਦਾ ਬਈ ਸਾਰਾ ਕੁਛ, ਹੈ ਨਾ, ਉਹਨੂੰ ਯਕੀਨ ਆ, ਸਾਰੇ ਵੀ ਨਹੀਂ ਗੁੱਸਾ ਕਰਦੇ ਅਤੇ ਉਹਦੀ ਸਪੋਰਟ ਆ, ਨਹੀਂ ਕਰਦੇ ਬਈ। ਅੱਛਾ, ਉਹ ਵੀ ਵਧੀਆ ਸਮਝਦੇ ਨੇ ਗੱਲ ਆਪਣੀ, ਅਤੇ ਵਧੀਆ ਆਪਣਾ। ਅੱਛਾ, ਉਹਦੇ ਨਾਲ ਇੰਦਰ ਨਾਲ ਕਿਵੇਂ ਮੁਲਾਕਾਤ ਹੋਈ ਜੱਟ ਬੀਟ ਰੈਕਟ 'ਤੇ ਆਉਣ ਦੀ? ਉਹ ਤਾਂ ਬਈ ਜਦੋਂ ਮੈਂ ਥੀਏਟਰ ਦੀਆਂ ਕਲਾਸਾਂ ਲਾਉਂਦਾ ਹੁੰਦਾ ਸੀਗਾ, ਉਹ ਮੇਰਾ ਭਰਾ ਸੀ ਜਿਹੜਾ ਟੌਰੀ ਮੌਤ ਗਿੱਲ, ਉਹਨੂੰ ਮੈਂ ਕਿਹਾ, ਮੈਂ ਕਿਹਾ ਵੀ ਤੂੰ, ਮੈਂ ਕਿਹਾ ਵੀ ਹੁਣ ਫਿਲਮਾਂ 'ਚ ਮੈਂ ਮੈਨੂੰ ਲਿਆ ਕਰ, ਤੂੰ ਫਿਲਮਾਂ ਬਣਾਉਣਾ। ਉਹ ਕਹਿੰਦਾ ਵੀ ਪਹਿਲਾਂ ਤੂੰ ਪ੍ਰੈਕਟਿਸ ਕਰ, ਮੈਂ ਤੈਨੂੰ ਕਹਿੰਦਾ ਬੰਦੇ ਨਾਲ ਮਿਲਿਆਉਣਾ। ਉਹਨੇ ਮੈਨੂੰ ਇੰਦਰ ਨਾਲ ਮਿਲਿਆ ਆ, ਕਹਿੰਦਾ ਸ਼ੋਰਟ ਫਿਲਮਾਂ ਕਰਦਾ ਇਹ, ਮਹੀਨੇ 'ਚ 3-4 ਤੇਰੀ ਪ੍ਰੈਕਟਿਸ ਹੋ ਜਾ ਕਰੂ ਵਧੀਆ। ਉੱਥੇ ਬਾਈ ਮੇਰਾ ਹੁਣ ਤੱਕ ਵਧੀਆ ਚੱਲਿਆ ਸੀ, 2019 ਤੋਂ ਇਕੱਠੇ ਕੰਮ ਕਰ ਰਿਹਾ ਮੈਂ ਅਤੇ ਇੰਦਰ ਜੱਟ ਬੀਟ 'ਤੇ। ਤੁਸੀਂ ਯਕੀਨ ਨਹੀਂ ਕਰਨਾ, ਉਦੋਂ ਚੈਨਲ ਦਾ ਸਾਰਾ 12,000 ਸਬਸਕ੍ਰਾਈਬਰ ਹੁੰਦਾ ਸੀਗਾ, ਬਹੁਤ ਮਿਹਨਤ ਕਰੀ ਉਹ ਚੈਨਲ 'ਤੇ ਵੀ ਅਸੀਂ ਨੇ। ਅਤੇ ਉਦੋਂ ਤਾਂ ਯਾਰ ਐਂ ਲਾ ਲਿਆ ਜੇ 10,000 ਵਿਊ ਵੀ ਆ ਜਾਂਦਾ 15,000 ਇੱਕ ਦਿਨ 'ਚ, ਸਾਨੂੰ ਖੁਸ਼ੀ ਹੋ ਜਾਂਦੀ ਦੋਵਾਂ ਨੂੰ। ਅਸੀਂ ਫੋਨ ਲਾ ਲਾ ਕਹਿੰਦੇ ਵੀ 15,000 ਹੋ ਗਏ ਹੋਏ, 20,000 ਹੋ ਗਏ ਹੋਏ ਇੰਦਰ ਵਿਊ, ਮਤਲਬ ਉਦੋਂ ਦੇ ਚੱਲੇ ਹੋਏ ਆ, ਵਧੀਆ ਸਾਡਾ ਚੱਲੀ ਜਾਂਦਾ, ਠੀਕ ਹੈ ਕੰਮ। ਚਲੋ ਚੰਗੀ ਗੱਲ ਆ। ਹਾਂ, ਅਤੇ ਮੇਰੇ ਚੈਨਲ 'ਤੇ ਜਦੋਂ ਮੈਨੂੰ ਲੋੜ ਹੁੰਦੀ ਹੈ, ਜਿਹੜਾ ਮੇਰਾ ਚੈਨਲ ਹੈ ਮੇਰੇ ਨਾਮ 'ਤੇ ਅਮਨ ਦਗਾਲ 'ਤੇ, ਉਹ ਵੀ ਕਰਵਾ ਜਾਂਦਾ ਮੇਰੇ ਨਾਲ, ਉਹਦੇ ਨਾਲ ਕਰਵਾ ਦਿੰਦਾ, ਠੀਕ ਚੱਲੀ ਜਾਂਦਾ ਸਾਡੇ। ਅੱਛਾ, ਫਿਰ ਅੱਗੇ ਕੋਈ ਹੋਰ ਕੰਮ ਕਰ ਰਹੇ ਹੋ ਪ੍ਰੋਜੈਕਟ ਕੋਈ? ਪ੍ਰੋਜੈਕਟ ਬਈ ਇੱਕ ਤਾਂ ਅਸੀਂ ਪਿੱਛੇ ਜੇ ਫਰਵਰੀ ਦੇ ਵਿੱਚ ਫਿਲਮ ਕਰਕੇ ਆਏ ਹੈਗੇ, ਪੰਜਾਬੀ ਫਿਲਮ, ਉਹਦੇ ਵਿੱਚ ਅੰਮ੍ਰਿਤ ਮਾਨ, ਨੀਰੂ ਬਾਜਵਾ, ਜਸ ਬਾਜਵਾ ਬਾਈ, ਅਤੇ ਉਹਦੇ ਵਿੱਚ ਮੈਂ ਅਤੇ ਇੰਦਰ ਸੀਗੇ ਅਤੇ ਬੱਬਲ ਸੀ, ਤਿੰਨੇ ਜਾਣੇ ਅਸੀਂ ਕੰਮ ਕਰਕੇ। ਘਰਦਿਆਂ ਨੇ ਨਾਲੇ ਕਹਿੰਦੇ ਦਹੀਂ ਦੁਹੀਂ ਖਵਾ ਕੇ ਭੇਜਿਆ ਜੀ? ਹਾਂ, ਇਹਨਾਂ ਦਾ ਪੂਰਾ ਚਾਅ ਹੋ ਗਿਆ, ਜਿਵੇਂ ਮੈਂ ਹੀਰੋ ਹਾਂ ਉੱਥੇ, ਨੀਰੂ ਬਾਜਵਾ ਜਿਵੇਂ ਮੇਰੇ ਨਾਲ ਹੀ ਕੰਮ ਕਰਨਾ ਹੋਵੇ। ਘਰਦਿਆਂ ਨੇ ਦਹੀਂ ਖਵਾਈ? ਹਾਂ, ਪੂਰਾ ਜਿੱਦਾਂ ਮੈਂ ਗਿਆ ਦਹੀਂ ਚੱਕੀ ਆਉਣ,
ਮਹਾਗੀ ਮਹਾਕਮ ਇਹ ਤਾਂ ਮੈਂ ਰੋਜ਼ ਹੀ ਜਾਂਦਾ ਮਹਾ ਪਹਿਲਾਂ ਤਾਂ ਕਦੇ ਦਹੀਂ ਜੀ ਲਿਆਂਦੀ ਨਹੀਂ ਕਹਿੰਦੇ ਵੀ ਅੱਜ ਤਾਂ ਤੂੰ ਉੱਧਰ ਜਾ ਰਿਹਾ ਉਹਨਾਂ ਨਾਲ ਵੱਡੀ ਫਿਰ ਨੀਰੂ ਬਾਜਵਾ ਨਾਲ ਮਹਾ ਇਹ ਮੇਨ ਲੀਡ 'ਤੇ ਨਹੀਂ ਹੈਗਾ ਮੈਂ ਕਹਿੰਦੇ ਚੱਲ ਕੋਈ ਨਹੀਂ ਕਹਿੰਦੇ ਹੌਲੀ ਹੌਲੀ ਮੇਨ 'ਤੇ ਵੀ ਆ ਜਾਏਗਾ ਅਤੇ ਉਹ ਵਧੀਆ ਲੱਗਦਾ ਬਾਈ ਜਦੋਂ ਹੈ ਨਾ ਕਈ ਵਾਰੀ ਆਪਾਂ ਆਪਦੇ ਆਪ ਨੂੰ ਐਂ ਚੱਲ ਵੀ ਆਪਾਂ ਤਾਂ ਯਾਰ ਕਰੀ ਜਾਂਦੇ ਆਪਾਂ ਨੂੰ ਕੌਣ ਦੇਖਦਾ ਹੋਊਗਾ ਜਦੋਂ ਅਸੀਂ ਫਿਲਮ ਦੇ ਸੈੱਟ 'ਤੇ ਗਏ ਬਾਈ ਹੋਰੀ ਜਸ ਬਾਜਵੇ ਹੋਰੀ ਜਦੋਂ ਆ ਕੇ ਹੈ ਨਾ ਉਹਨਾਂ ਨੂੰ ਅਸੀਂ ਮਿਲੇ ਤਾਂ ਉਹਨਾਂ ਨੇ ਸਾਨੂੰ ਪਛਾਣਿਆ ਅਤੇ ਸਾਰੀ ਜਿੰਨਿਆਂ ਨੂੰ ਵੀ ਵਧੀਆ ਬੰਦਿਆਂ ਨੂੰ ਮਿਲਦੇ ਸੀਗੇ ਉਹ ਕਹਿੰਦੇ ਵੀ ਯਾਰ ਅਸੀਂ ਤੁਹਾਨੂੰ ਦੇਖਦੇ ਹਾਂ ਤੁਹਾਡਾ ਬਹੁਤ ਵਧੀਆ ਕੰਮ ਹੈ ਫਿਰ ਹੌਂਸਲਾ ਹੁੰਦਾ ਬਾਈ ਜਦੋਂ ਉਹ ਕਹਿ ਦਿੰਦੇ ਨੇ ਐਡੇ ਬੰਦੇ ਵੀ ਯਾਰ ਅਸੀਂ ਤੁਹਾਨੂੰ ਦੇਖਦੇ ਹਾਂ ਹੈ ਨਾ ਤੁਸੀਂ ਵਧੀਆ ਨੈਚੁਰਲ ਕਰਦੇ ਹੋ ਹੈ ਨਾ ਪਿੰਡਾਂ ਵਾਲਾ ਟੱਚ ਆ ਤੁਹਾਡਾ ਵੀ ਆਪਣੀ ਬੋਲੀ ਹੈ ਮਾਲਵੀ ਦੀ ਅਤੇ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ ਜਿਹਦੇ ਬਾਹਰੋਂ ਬੂਹਰੋਂ ਵੀ ਜਿਹਦੇ ਟਰੱਕਾਂ ਟਰੁੱਕਾਂ ਵਾਲੇ ਬਾਈ ਦੇਖਦੇ ਨੇ ਕੈਨੇਡਾ ਵਾਲੇ ਜਾਂ ਹੋਰ ਉਹ ਵੀ ਐਂ ਕਹਿੰਦੇ ਨੇ ਬਾਈ ਤੁਹਾਡੀ ਬੋਲੀ ਨੂੰ ਪਿਆਰ ਕਰਦੇ ਹਾਂ ਸਿੱਧੂ ਸਿੱਧਾ ਜਿਹਾ ਬੋਲਦੇ ਹੋ ਤੁਸੀਂ ਮਾਲਵੇ ਵਾਲੇ ਅਤੇ ਵਧੀਆ ਪਿਆਰ ਕਰਦੇ ਆ ਇਹ ਲੱਤਾਂ ਖਿੱਚਣ ਵਾਲੇ ਵੀ ਇਹ ਲੈਣਾਂ ਦੇ ਵਿੱਚ ਲੱਤਾਂ ਖਿੱਚਣ ਵਾਲਾ ਤਾਂ ਬਾਈ ਹਰੇਕ ਕੰਮ 'ਚ ਹੀ ਹੁੰਦੇ ਨੇ ਅਤੇ ਇਹ ਲੈਣ 'ਚ ਜ਼ਿਆਦਾ ਨੇ ਇਹ ਲੈਣ ਥੋੜ੍ਹੀ ਜ਼ਿਆਦਾ ਗੰਦੀ ਆ ਬਾਈ ਪਹਿਲਾਂ ਸੁਣਦੇ ਹੁੰਦੇ ਅਤੇ ਹੁਣ ਦੇਖ ਵੀ ਲਿਆ ਹੈ ਨਾ ਅਤੇ ਇੱਥੇ ਤਾਂ ਤੁਹਾਨੂੰ ਐਂ ਨਹੀਂ ਪਤਾ ਕਈ ਨਾਲ ਦੇ ਵੀ ਤੁਹਾਨੂੰ ਡੀਮੋਟੀਵੇਟ ਕਰਦੇ ਨੇ ਮੈਂ ਤਾਂ ਇੱਕ ਚੀਜ਼ ਦੇਖੀ ਆ ਯਾਰ ਆਪਾਂ ਹੈ ਨਾ ਇਹ ਚਲੋ ਇਹ ਤਾਂ ਲੋਕ ਹੁੰਦੀ ਨੇ ਨੈਗੇਟਿਵ ਆਪਾਂ ਇਹਨਾਂ ਦੀ ਗੱਲ ਨਾ ਕਰੀਏ ਵੀ ਯਾਰ ਜੇ ਕਿਸੇ ਨੂੰ ਹੌਸਲਾ ਨਹੀਂ ਦੇ ਸਕਦੇ ਨਾ ਨੈਗੇਟਿਵ ਵੀ ਨਾ ਕਰੋ ਤਾਂ ਛੱਡ ਦਿਓ ਕੋਈ ਗੱਲ ਨਹੀਂ ਜਿਸ ਨੂੰ ਨਹੀਂ ਵਧੀਆ ਲੱਗਦਾ ਹੈ ਨਾ ਤਾਂ ਉਹ ਨਾ ਕਰੋ ਅਤੇ ਹੁਣ ਵੀ ਅਸੀਂ ਕਈ ਵਾਰੀ ਊਂ ਛੇਤੀ ਕਿਸੇ ਤੋਂ ਅਸੀਂ ਕੰਮ ਮੰਗਣ ਤਾਂ ਗਏ ਨਹੀਂ ਹੈਗੇ ਕਈ ਵਾਰੀ ਕੋਈ ਅੱਗੇ ਦੀ ਅੱਗੇ ਨੰਬਰ ਦੇ ਜਾਂਦਾ ਵੀ ਆਹ ਫਲਾਣੇ ਡਾਇਰੈਕਟਰ ਦਾ ਨੰਬਰ ਹੈਗਾ ਗੱਲ ਫੋਨ 'ਤੇ ਗੱਲ ਕਰਦੇ ਹਾਂ ਵੀ ਅਸੀਂ ਯਾਰ ਉੱਥੋਂ ਬੋਲਦੇ ਹਾਂਗੇ ਦੱਸਦੇ ਹਾਂ ਅਗਲੇ ਨੂੰ ਵੀ ਸਾਨੂੰ ਕੰਮ ਅਗਲਾ ਕਹਿੰਦਾ ਨਾਲੇ ਤਾਂ ਕਹਿ ਦਿੰਦੇ ਨੇ ਵੀ ਅਸੀਂ ਦੇਖਦੇ ਹਾਂ ਯਾਰ ਅਤੇ ਫਿਰ ਜਦੋਂ ਪ੍ਰੋਫਾਈਲ ਭੇਜਦੇ ਹਾਂ ਵੀ ਤਾਂ ਸੀਨ ਹੀ ਨਾ ਕਰਨ ਬਈ ਤਿੰਨ ਤਿੰਨ ਦਿਨ ਦੇਖਣੀ ਨਾ ਅੱਛਾ ਅਤੇ ਇਹ ਪਤਾ ਨਹੀਂ ਕੀ ਚੀਜ਼ ਹੈ ਪਤਾ ਨਹੀਂ ਤਾਂ ਇਹ ਐਂ ਵੀ ਨਵੇਂ ਬੰਦੇ ਨੂੰ ਛੇਤੀ ਹੈ ਨਾ ਮੌਕਾ ਨਹੀਂ ਦਿੰਦੇ ਹੈ ਨਾ ਪਤਾ ਨਹੀਂ ਕੀ ਚੀਜ਼ ਹੈਗੀ ਕੰਮ ਕਰੀ ਜਾਂਦੇ ਹੌਲੀ ਹੌਲੀ ਅੱਗੇ ਇੱਕ ਵੈਬ ਸੀਰੀਜ਼ ਕਰਨੀ ਹੈਗੀ ਅਤੇ ਬਾਕੀ ਚਲੋ ਪਰਮਾਤਮਾ ਦੇ ਹੱਥ ਆ ਹੈ ਨਾ ਬਾਹਰ ਬੂਹਰ ਜਾਣ ਵਾਲਾ ਖਿਆਲ ਛੱਡਤਾ ਬਾਹਰ ਵਾਲਾ ਖਿਆਲ ਤਾਂ ਬਈ ਹੁਣ ਛੱਡੇ ਵਾਂਗੂ ਹੀ ਆ ਹੈ ਨਾ ਫਾਇਲ ਲੱਗੀ ਪਈ ਹੈ ਪਰ ਐਂ ਵੀ ਆ ਵੀ ਨਾ ਯਾਰ ਹੁਣ ਤਾਂ ਇੱਧਰ ਹੀ ਆਇਆ ਵੀ ਇੱਧਰ ਥੋੜ੍ਹਾ ਜ਼ੋਰ ਲਾਉਂਦੇ ਹਾਂ ਹੈ ਨਾ ਹੁਣ ਤਾਂ ਵੈਸੇ 5 ਸਾਲ ਹੋ ਗਏ ਮਿਹਨਤ ਕਰੀ ਜਾਂਦੇ ਹਾਂ ਹੈ ਨਾ ਵੀ ਇਹੀ ਕਰੀਏ ਯਾਰ ਆਪਣਾ ਸ਼ੌਂਕ ਹੈ ਹੈ ਨਾ ਲੱਖ ਹੋਈਏ ਕੱਖ ਹੋਈਏ ਜੀਰੋ ਹੋਈਏ ਹੀਰੋ ਹੋਈਏ ਵੀ ਇਹੀ ਕਰਨਾ ਯਾਰ ਲੋਕ ਵਧੀਆ ਸਪੋਰਟ ਕਰਦੇ ਨੇ ਬਾਈ ਜਿੱਧਰ ਜਾਂਦੇ ਹਾਂ ਨਾ ਕਈ ਵਾਰੀ ਮੰਮੀ ਡੈਡੀ ਨਾਲ ਹੁੰਦੇ ਨੇ ਜਾਂ ਪਰਿਵਾਰ ਦਾ ਕੋਈ ਨਾਲ ਹੁੰਦਾ ਲੋਕ ਬੁਲਾਉਂਦੇ ਨੇ ਹੈ ਨਾ ਉਹਨਾਂ ਨੂੰ ਵੀ ਪ੍ਰਾਊਡ ਜਿਹਾ ਫੀਲ ਹੁੰਦਾ ਵੀ ਜਾਣਦੇ ਨੇ ਸਾਡੇ ਮੁੰਡੇ ਨੂੰ ਵਧੀਆ ਲੱਗਦਾ ਹੈ ਹੁਣ ਲੱਗਦਾ ਵੀ ਠੀਕ ਹੈ ਤਾਂ ਹੀ ਬੈਂਕ ਛੱਡੀ ਆ ਬਾਈ ਹੁਣ ਐਂ ਲੱਗਦਾ ਵੀ ਇੱਧਰ ਠੀਕ ਹੈ ਜਦੋਂ ਬੈਂਕ ਦੀ ਨੌਕਰੀ ਛੱਡ ਕੇ ਆ ਕੇ ਤੁਹਾਡੇ ਘਰ ਵਾਲਿਆਂ ਨੇ ਜਾਂ ਤੁਹਾਡੀ ਪਤਨੀ ਨੇ ਇਹ ਨਹੀਂ ਆਖਿਆ ਵੀ ਵਧੀਆ 25-30 ਹਜ਼ਾਰ ਰੁਪਈਆ ਆਉਂਦਾ ਸੀਗਾ ਵੀ ਕਾਹਨੂੰ ਛੱਡਤੀ ਇੱਧਰ ਤਾਂ ਅੱਜ ਹੈਗਾ ਕੱਲ੍ਹ ਨੂੰ ਨਾ ਹੋਵੇ ਕੀ ਪਤਾ ਬਈ ਮੇਰੇ ਮਨ 'ਚ ਹੈਗਾ ਤੀ ਹੁਣ ਵੀ ਜਦਕਿ ਹੁਣ ਆਪਾਂ ਨੂੰ ਪਤਾ ਵੀ ਆਪਣਾ ਠੀਕ ਹੈ ਕੰਮ ਹੈ ਨਾ ਸਾਰੀ ਵਧੀਆ ਜਾਣਦੇ ਨੇ ਹੈ ਨਾ ਹੁਣ ਫੇਸ ਵੈਲਿਊ ਹੈ ਪਰ ਵੀ ਕਾਹਤੋਂ ਛੱਡਤਾ ਹੈ ਨਾ ਵੀ ਆਉਂਦੇ ਦੀ ਪੈਸੇ ਹੈ ਨਾ ਉਹਨਾਂ ਨੇ ਪਰ ਇਹ ਕਿਹਾ ਵੀ ਚਲ ਠੀਕ ਹੈ ਵੀ ਤੇਰਾ ਫੋਕਸ ਇੱਧਰ ਹੋ ਜੂਗਾ ਵਧੀਆ ਇੱਧਰ ਹੋਰ ਅੱਗੇ ਜਾਏਗਾ ਜਦੋਂ ਇੱਕ ਪਾਸੇ ਫੋਕਸ ਹੈ ਨਾ ਦੋ ਬੇੜੀਆਂ 'ਚ ਪੈਰ ਤੁਹਾਨੂੰ ਪਤਾ ਲੋਟ ਵੀ ਨਹੀਂ ਆਉਂਦਾ ਹੈ ਨਾ ਬਈ ਫੁੱਲ ਸਪੋਰਟ ਆ ਉਹ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਬਈ ਬਹੁਤ ਸ਼ੁਕਰੀਆ ਅਮਨ ਬਾਈ ਤੁਸੀਂ ਸਮਾਂ ਦਿੱਤਾ ਗੱਲਾਂ ਖੁੱਲ੍ਹੀਆਂ ਬਾਕੀਆਂ ਆਪਦੀ ਜ਼ਿੰਦਗੀ ਦੇ ਉੱਤੇ ਕਰੀਆਂ ਹੈ ਨਾ ਤੁਸੀਂ ਬਹੁਤ ਤਰੱਕੀ ਕਰੋ ਤੁਸੀਂ ਬਹੁਤ ਅੱਗੇ ਆਵੋ ਬਾਈ ਅਤੇ ਬਹੁਤ ਮਿਹਰਬਾਨੀ ਤੁਹਾਡਾ ਸਮਾਂ ਦਿੱਤਾ ਤੁਸੀਂ ਅਤੇ ਤੁਹਾਡਾ ਕਰੈਕਟਰ ਸੱਚੀ ਹੋ ਜਿਹੜੇ ਵੀ ਕਰਦੇ ਹੋ ਤੁਸੀਂ ਬਹੁਤ ਤਲ ਤੋਂ ਕਰਦੇ ਹੋ ਅਤੇ ਉਹ ਲੱਗਦੇ ਨਹੀਂ ਹੁੰਦਾ ਵੀ ਇਹ ਬੰਦਾ ਐਕਟਿੰਗ ਕਰ ਰਿਹਾ ਉਹ ਬਹੁਤ ਨੈਚੁਰਲ ਹੁੰਦਾ ਗਾ ਹਾਂਜੀ ਵੀ ਆਪਣੇ ਮੈਂ ਨਾ 2 ਕਰੈਕਟਰ ਕੀਤੇ ਆ ਹੁਣ ਤੱਕ ਜ਼ਿਆਦਾ ਜਿਹੜੇ ਲੰਬੇ ਕੀਤੇ ਨੇ ਇੱਕ ਤਾਂ ਪੰਡਤ ਵਾਲਾ ਕਰੈਕਟਰ ਕੀਤਾ ਮਾਲਦਾਰ ਛੜੇ 'ਚ ਉਹ ਵੀ ਵਧੀਆ ਉਹਨੂੰ ਵੀ ਪਿਆਰ ਦਿੰਦੇ ਨੇ ਹੈ ਨਾ ਲੋਕ ਅਤੇ ਇੱਕ ਬੱਗੜ ਵਾਲਾ ਇਹ ਤਾਂ ਲੋਕਾਂ ਨੇ ਹੱਥਾਂ ਤੁਹਾਡੀ ਚਾਚੀ ਨਾਲ ਬੜੀ ਜੋੜੀ ਘੈਂਟ ਹੈ ਨਾ ਚਾਚੀ ਨਾਲ ਹਾਂ ਚਾਚੀ ਤਾਂ ਵਿਚਾਰੀ ਹੈ ਨਾ
ਉਹ ਚਾਚ ਮੇਰਾ ਤਾਂ ਨੁਕਸਾਨ ਹੀ ਆ ਚਾਚੀ ਨੂੰ, ਜਿੱਦਾਂ ਚਾਚੇ ਕੇ ਘਰੇ ਜਾਂਦਾ ਚਾਚੀ ਨਾਲ ਕੋਈ ਡੇਰੇ ਦੀਆਂ ਗੱਲਾਂ ਕਰਦਾ ਮੈਂ ਨਰਾਲੇ ਬਾਬੇ ਦੀਆਂ, ਉਹ ਮੇਰੇ ਤਾਂ ਪੈਂਦੀਆਂ ਪੈਂਦੀਆਂ ਨੇ, ਉਹ ਵਿਚਾਰੀ ਚਾਚੀ ਦੇ ਵੀ ਪੈ ਜਾਂਦੀਆਂ ਨੇ, ਤੁਹਾਡੀ ਜੋੜੀ ਵਧੀਆ ਹੈਗੀ। ਹਾਂ ਅਰੇ ਲੋਕਾਂ ਨੂੰ ਵੀ ਉਹਦੀ ਸਵਾਦ ਆਉਂਦਾ ਜਦੋਂ ਸਾਡੇ ਖੁੰਡਾ ਪੈਂਦਾ, ਸਾਡੇ ਡਾਂਗ ਫਿਰਦੀ ਆ ਦੋਵੇਂ ਜਾਣਿਆਂ ਦੇ। ਚਾਚੀ ਵਿਚਾਰੀ ਬਹੁਤ ਮੇਰੇ ਪਿੱਛੇ ਵਿਚਾਰੀ ਡਾਂਗਾਂ ਖਾਂਦੀ ਹੈ ਘਰੇ। ਸਹੀ ਆ ਸਹੀ ਆ। ਤੇ ਉਹ ਕਰੈਕਟਰ ਵੀ ਨੈਚੁਰਲ ਨਿਕਲ ਕੇ ਆਇਆ ਹੈ ਨਾ ਤੁਹਾਡਾ। ਹਾਂ ਬਈ ਪਤਾ ਕੀ ਆ, ਕੋਈ ਵੀ ਆਪਾਂ ਕਰੈਕਟਰ ਕਰਦੇ ਹਾਂ, ਕਿਸੇ ਵੀ ਕੰਮ ਨੂੰ ਆਪਾਂ ਯਾਰ ਦਿਲੋਂ ਕਰਦੇ ਹਾਂ ਹਨਾ, ਉਹ ਵਧੀਆ ਹੁੰਦਾ। ਉਹ ਵੀ ਵਧੀਆ ਐਕਟਰ ਨੇ ਹਨਾ। ਹਾਂ ਹਾਂ ਬਹੁਤ ਸੋਹਣੇ ਐਕਟਰ ਨੇ ਉਹ। ਬਹੁਤ ਸ਼ੁਕਰੀਆ ਅਮਨ ਬਾਈ, ਸਮਾਂ ਦਿੱਤਾ, ਗੱਲਾਂ ਬਾਤਾਂ ਕੀਤੀਆਂ, ਖੁੱਲ੍ਹ ਕੇ ਬਹੁਤ ਮਿਹਰਬਾਨੀ। ਸੋ ਇੰਟਰਵਿਊ ਚੰਗੀ ਲੱਗੀ, ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸ ਦਿਓ, ਜਿਹੜੇ ਵੀਰ ਦੀ ਫਿਲਮਾਂ ਦੇਖਦੇ ਆ ਉਹ ਵੀ ਜ਼ਰੂਰ ਚੰਗੇ ਚੰਗੇ ਕਮੈਂਟ ਕਰਿਓ, ਜਿਹੜੇ ਨਹੀਂ ਵੀ ਦੇਖਦੇ ਉਹ ਵੀ ਬਾਈ ਦੇ ਇੱਕ ਵਾਰ ਚੈਨਲ 'ਤੇ, ਦੋਨੇ ਚੈਨਲਾਂ 'ਤੇ ਚੈਨਲ ਜ਼ਰੂਰ ਦੱਸੋ ਕਿਹੜੇ ਕਿਹੜੇ ਨੇ। ਇੱਕ ਤਾਂ ਜੱਟ ਬੀਟ ਰੈਕਡ 'ਤੇ, ਅਤੇ ਇੱਕ ਮੇਰਾ ਆਪਣਾ ਚੈਨਲ ਹੈ ਜਿਹੜਾ ਅਮਨ ਦਗਾਲ, ਉਹਤੇ ਪਾਉਣੇ, ਉਹਦੇ ਫਨੀ ਕੰਟੈਂਟ ਵੀ ਪਾਉਣੇ ਆ ਅਤੇ ਸਾਰੇ ਤਰ੍ਹਾਂ ਦੇ ਪਾਉਣੇ ਉਹਦੇ। ਅੱਛਾ, ਉਹਦੇ 'ਤੇ ਬਾਈ ਹੋਰਾਂ ਦਾ ਕੰਮ ਤੁਸੀਂ ਦੇਖ ਸਕਦੇ ਹੋ। ਬਹੁਤ ਬਹੁਤ ਧੰਨਵਾਦ, ਦੇਖਦੇ ਰਹੋ ਘੰਟ ਪੰਜਾਬੀ।